ਦੇਸ਼ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮਬੀਰ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ। ਮੈਂ ਜੀ ਆਇਆਂ ਆਖਦਾ ਜੀ। ਸ਼ੁਕਰੀਆ ਜੀ। ਕਿਸਾਨਾਂ ਅਤੇ ਸਰਕਾਰ ਦੇ ਵਿੱਚ ਗੱਲਬਾਤ ਕੀ ਡੈਡਲੋਕ 'ਚ ਪਹੁੰਚ ਗਈ ਆ? ਇਹ ਸਥਿਤੀ ਹੁਣ ਡੈਡਲੋਕ ਦੀ ਆ, ਇਹ ਸਵਾਲ ਸਭ ਤੋਂ ਵੱਡਾ, ਕਿਉਂਕਿ ਅਗਲੀ ਕੋਈ ਮੀਟਿੰਗ ਤੈਅ ਨਹੀਂ ਹੋਈ ਅਤੇ ਜਿਹੜਾ ਪ੍ਰਸਤਾਵ, ਜਿਹੜੀ ਪ੍ਰਪੋਜ਼ਲ ਆਈ ਹੈ, ਉਹ ਗਰਾਊਂਡ ਦੇ ਉੱਤੇ ਕਿੰਨੀ ਕੁ ਸਟੀਕ ਹੈ ਔਰ ਕਿਸਾਨੀ ਮੰਗਾਂ ਦੇ ਅਨੁਕੂਲ ਹੈ ਕਿ ਨਹੀਂ, ਇਹਨੂੰ ਪੂਰੀ ਸਥਿਤੀ ਨੂੰ ਸਮਝਦਿਆਂ ਸਰਦਾਰ ਹਮੀਰ ਸਿੰਘ ਜੀ ਕੋਲੋਂ, ਕਿਉਂਕਿ ਕਿਸਾਨ ਜਥੇਬੰਦੀਆਂ ਜਿਸ ਮੰਗ ਨੂੰ ਲੈ ਕੇ ਅੱਗੇ ਵਧੀਆਂ ਸੀ ਤੇ ਜਿੱਥੇ ਗੱਲਬਾਤ ਹੋਈ ਤੇ ਜਿੱਥੇ ਜਾ ਕੇ ਗੱਲ ਰੁਕੀ ਆ, ਇੱਥੋਂ ਹੁਣ ਅੱਗੇ ਕੀ ਇੱਥੋਂ ਵਾਪਸੀ ਦਾ ਰਾਹ ਹੈ ਜਾਂ ਅੱਗੇ ਜਾਣਾ ਪਊਗਾ? ਐਸੀ ਸਥਿਤੀ ਦੇ ਵਿੱਚ ਕੀ ਕੁਝ ਵਾਪਰਨ ਵਾਲਾ ਹੈ? SKM ਨੇ ਵੀ ਸੱਦਾ ਦਿੱਤਾ ਹੈ ਔਰ ਭੰਧੇਰ ਡੱਲੇਵਾਲ ਅੱਜ ਬੈਠਣਗੇ ਆਪਣੀਆਂ ਆਪਣੀਆਂ ਜਥੇਬੰਦੀਆਂ ਨਾਲ। ਸਵਾਲ ਕਾਫੀ ਪੇਚੀਦਾ ਹੋ ਗਿਆ, ਇਹਦੇ ਕਈ ਕੋਣ ਨੇ, ਕਈ ਐਂਗਲ ਨੇ, ਸਾਰੀ ਸਥਿਤੀ ਨੂੰ ਸਮਝਣ ਦਾ ਯਤਨ ਕਰਦੇ ਹਾਂ। ਵੈਸੇ ਮਾਮਲੇ ਸਿਆਸੀ ਵੀ ਪੇਚੀਦਾ ਹੋ ਗਏ, ਇਸ ਖਿੱਤੇ ਦੀ ਪੋਲੀਟਿਕਸ ਨੂੰ ਵੀ ਅਜੀਬੋ ਗਰੀਬ ਸਥਿਤੀ ਦੇ ਵਿੱਚ ਧੱਕ ਦਿੱਤਾ ਇਸ ਅੰਦੋਲਨ ਨੇ। ਪਾਰਟੀਆਂ ਨੂੰ ਰਣਨੀਤੀ ਬਦਲਣੀ ਪੈ ਰਹੀ ਹੈ, ਮੁੜ ਵਿਉਂਤਣਾ ਪੈ ਰਿਹਾ ਆਪਣਾ ਨੈਰੇਟਿਵ। ਉਂਝ ਜੇਕਰ ਕੱਲ ਕੇਜਰੀਵਾਲ ਸਾਹਿਬ ਦੇ ਬਿਆਨ, ਜਿਹੜੇ ਉਹ ਇੱਕ ਵੱਡੇ ਵਕੀਲ ਤੇ ਕਾਂਗਰਸੀ ਆਗੂ ਜਿਹੜੇ ਰਾਜ ਸਭਾ ਲਈ ਨਾਮਜ਼ਦ ਕੀਤੇ ਗਏ ਨੇ, ਕੈਂਡੀਡੇਟ ਬਣਾਏ ਗਏ ਨੇ, ਅਜੇ ਇਲੈਕਸ਼ਨ ਹੋਣੀ ਆ ਹਿਮਾਚਲ ਤੋਂ, ਮਨੂ ਸਿੰਘ ਵੀ, ਉਹਨਾਂ ਦੀ ਰਿਹਾਇਸ਼ ਦੇ ਉੱਤੇ ਕਾਂਗਰਸ ਪ੍ਰਧਾਨ ਖੜਗੇ ਨਾਲ ਜਦੋਂ ਬੈਠੇ ਸੀ ਤਾਂ ਉਹਨਾਂ ਦੀ ਇੱਕ ਸਟੇਟਮੈਂਟ ਪੰਜਾਬ ਦੇ ਦ੍ਰਿਸ਼ ਨੂੰ ਹੋਰ ਧੁੰਦਲਕਾ ਵੱਲ ਧੱਕ ਦਿੰਦੀ ਆ, ਧੁੰਦਲਾ ਕਰ ਦਿੰਦੀ ਹੈ, ਜਦੋਂ ਕਹਿੰਦੇ ਕਿ ਅਸੀਂ ਤੇ ਕਾਂਗਰਸ ਨੇ ਸਹਿਮਤੀ ਨਾਲ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ ਇਕੱਲਿਆਂ ਇਕੱਲਿਆਂ ਲੜਾਂਗੇ। ਉਹ ਜਿੱਥੇ ਸਹਿਮਤੀ ਬਣ ਗਈ ਉੱਥੇ ਲੜਾਈ ਦਾ ਸ਼ਬਦ ਕਿੱਥੋਂ ਆਉਂਦਾ? ਕੀ ਤੁਸੀਂ ਇੱਕ ਦੂਜੇ ਦੇ ਖਿਲਾਫ ਕੈਂਡੀਡੇਟ ਸਹਿਮਤੀ ਨਾਲ ਉਤਾਰੋਗੇ? ਇਹ ਸਵਾਲ ਆ ਪੰਜਾਬ ਦੇ ਲੋਕਾਂ ਨੂੰ, ਇਹ ਦੋਨੇ ਪਾਰਟੀਆਂ ਕਿਸ ਤਰੀਕੇ ਨਾਲ ਆਂਕ ਰਹੀਆਂ ਨੇ, ਇਹ ਸਵਾਲ ਇਹ ਲੈਨੇ ਆਪਾਂ। ਵੈਸੇ ਕਮਲਨਾਥ ਵਾਲਾ ਪੇਚ ਫਸਿਆ ਹੋਇਆ, ਮੱਧ ਪ੍ਰਦੇਸ਼ ਦੇ ਕਾਂਗਰਸੀ ਕਮਲਨਾਥ ਜਿਹੜੇ ਹਾਈਕਮਾਂਡ ਦੇ ਕਾਫੀ ਨੇੜੇ ਮੰਨੇ ਜਾਂਦੇ ਰਹੇ ਆ ਔਰ ਵੀਟੋ ਕਰਦੇ ਰਹੇ ਫੈਸਲਿਆਂ ਚ ਉਸ ਖਿੱਤੇ ਦੇ ਵਿੱਚ, ਉਹਨਾਂ ਦਾ ਵਿੱਚ ਵਿਚਾਲੇ ਫਸੇ ਹੋਣਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਕਾਫੀ ਹੜਕੰਪ ਮਚਾ ਰਿਹਾ। ਹੁਣ ਅਕਾਲੀਆਂ ਦੇ ਵੀ ਸਾਹ ਸੁੱਤੇ ਹੋਏ ਆ ਕਿ ਕੱਲ੍ਹ ਨੂੰ ਜੇ ਕਿਸਾਨੀ ਨਾਲ ਬੀਜੇਪੀ ਦਾ ਮੁਕਮਕਾ ਹੋ ਜਾਂਦਾ ਤੇ ਕਮਲਨਾਥ ਵੜ ਜਾਂਦੇ ਆ, ਇਸ ਤੋਂ ਵੱਡੀ ਹਰਡਲ ਹੋਰ ਕਿਹੜੀ ਹੋ ਸਕੂਗੀ? ਚੰਡੀਗੜ੍ਹ ਦੇ ਵਿੱਚ ਮੇਅਰ ਨੇ ਅਸਤੀਫਾ ਦੇ ਦਿੱਤਾ, ਅੱਜ ਸੁਪਰੀਮ ਕੋਰਟ 'ਚ ਸੁਣਵਾਈ ਆ, ਤਿੰਨ ਕੌਂਸਲਰ ਟੁੱਟ ਕੇ ਬੀਜੇਪੀ ਦੇ ਖੇਮੇ 'ਚ ਜਾ ਚੁੱਕੇ ਆ, ਸਥਿਤੀ ਫਿਰ ਕਲੀਅਰ ਹੋ ਗਈ ਹੈ। ਅੱਜ ਸੁਪਰੀਮ ਕੋਰਟ ਇਹਨੂੰ ਕਿਵੇਂ ਐਡਰੈਸ ਕਰਨਗੇ, ਇਹ ਦੇਖਣ ਵਾਲੀ ਗੱਲ ਆ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਬਹੁਤ ਰੌਚਕ ਸਥਿਤੀ ਸੀ ਦੇਰ ਰਾਤ ਨੂੰ ਜਦੋਂ ਕਿਸਾਨ ਜਥੇਬੰਦੀਆਂ ਨੂੰ ਪ੍ਰਸਤਾਵ ਦਿੱਤਾ ਜਾਂਦਾ ਹੈ 5 ਬਦਲਵੀਆਂ ਫਸਲਾਂ ਤੇ ਕਾਨੂੰਨੀ ਗਰੰਟੀ ਦਾ, 5 ਸਾਲ ਲਈ MSP ਤੁਹਾਨੂੰ 5 ਹੋਰ ਫਸਲਾਂ ਤੇ, ਮਤਲਬ ਪੰਜਾਬ ਜਿਹੜਾ ਡਾਇਵਰਸੀਫਿਕੇਸ਼ਨ ਦਾ ਰੌਲਾ ਪਾਉਂਦਾ ਰਿਹਾ, ਜਿਵੇਂ ਇੰਝ ਲੱਗਦਾ ਜਿਵੇਂ ਦੁੱਖ ਦੀ ਰੱਗ ਦੇ ਉੱਤੇ ਉਂਗਲ ਧਰ ਕੇ ਇਹ ਕਿਹਾ ਗਿਆ ਕਿ ਇੱਥੋਂ ਭੱਜ ਕੇ ਕਿੱਥੇ ਜਾਓਗੇ, ਤੁਸੀਂ ਡਾਇਵਰਸੀਫਿਕੇਸ਼ਨ ਕਹਿੰਦੇ ਹੋ ਤੇ ਅਸੀਂ ਤੁਹਾਨੂੰ ਦੇ ਰਹੇ ਹਾਂ, ਤੇ ਇਹਦੇ ਵਿੱਚ ਜਿਹੜੀਆਂ ਮੰਗਾਂ ਨੇ ਕਿਸਾਨੀ ਦੀਆਂ ਉਹ ਵੀ ਉਲਝਾ 'ਚ ਆ ਗਈਆਂ ਨੇ। ਤੁਸੀਂ ਪੂਰੀ ਸਥਿਤੀ ਨੂੰ ਕਿਵੇਂ ਸਮਝ ਰਹੇ ਹੋ? ਕਿਸਾਨੀ ਲੀਡਰਸ਼ਿਪ ਲਈ ਕਿੱਡਾ ਕੁ ਵੱਡਾ ਸੰਕਟ ਹੈ, ਉਹ ਆਪਣੇ ਲੋਕਾਂ ਨੂੰ ਸਮਝਾ ਪਾਉਣਗੇ? ਇਸ ਪ੍ਰਪੋਜ਼ਲ ਤੋਂ ਬਾਅਦ ਜਦੋਂ ਉਹ ਮੰਥਨ ਕਰਨਗੇ, ਸਰਕਾਰ ਨਾਲ ਸਹਿਮਤੀ ਦੇਣਗੇ, ਅੱਗੇ ਵਧਣਗੇ, ਤੇ ਬਾਕੀ ਜਥੇਬੰਦੀਆਂ ਦਾ ਇਹਦੇ ਉੱਤੇ ਕੀ ਰੁੱਖ ਹੈ? SKM ਰਾਜੇਵਾਲ ਜਾਂ ਬਾਕੀ ਲੋਕ ਸਾਰੇ ਉਹ ਕਿਵੇਂ ਸੋਚਦੇ ਹੋ? ਗਰਾਹਾਂ ਸਾਰੀ ਸਥਿਤੀ ਤੁਸੀਂ ਕਿਵੇਂ ਸਮਝ ਰਹੇ?
ਅਸਲ ਦੇ ਵਿੱਚ ਜਿਹੜਾ ਨੈਗੋਸ਼ੀਏਸ਼ਨ ਚ ਹੋ ਜਾ ਰਹੇ ਲਗਾਤਾਰ, ਪਤਾ ਨਹੀਂ ਇੰਨੇ ਇੰਨੇ ਘੰਟੇ ਸਾਰੇ, ਹਰ ਵਾਰ ਹੀ 5-7 ਘੰਟੇ ਲੱਗਦੇ ਰਹੇ ਨੇ, ਦੇਰ ਰਾਤ ਤੱਕ ਬੈਠੇ ਰਹਿੰਦੇ ਨੇ। ਪਰ ਮੰਗ ਇੱਕੋ ਗੱਲ ਤੇ ਚੱਲ ਰਹੀ ਸੀ, ਕਹਿੰਦੇ ਬਾਕੀ ਦੀਆਂ ਸਾਰੀਆਂ ਮੰਗਾਂ ਅਜੇ ਬਾਅਦ ਚ ਵਿਚਾਰਨੀਆਂ ਨੇ, ਹਜੇ ਤੱਕ ਵੀ ਡੈਡਲੌਕ ਇਹ ਹੈ ਲਾਸਟ। MSP ਵਾਲੀ ਮੰਗ ਤੇ ਇਕੱਲੇ ਤੇ ਗੱਲ ਹੁੰਦੀ ਰਹੀ, ਜਿੰਨੀਆਂ ਬਾਕੀ ਮੰਗਾਂ ਨੇ ਉਹ ਕਹਿੰਦੇ ਬਾਅਦ ਦੇ ਵਿੱਚ ਦੇਖਾਂਗੇ, ਅਜੇ ਉਹਦਾ ਚ ਪ੍ਰੋਸੀਜਰ ਬੜੇ ਲੰਬੇ ਨੇ, ਪੋਲਿਸੀ ਮੇਕਿੰਗ ਦੇ ਕੁਐਸਚਨ ਨੇ ਬਾਕੀ ਸਾਰੇ ਨੇ। ਪੋਲਿਸੀ ਮੇਕਿੰਗ ਦਾ ਕੁਐਸਚਨ ਤਾਂ MSP ਵੀ ਹੈ, ਸਗੋਂ ਉਦੋਂ ਵੱਡਾ ਪੋਲਿਸੀ ਮੇਕਿੰਗ ਦਾ ਕੁਐਸਚਨ ਹੈ। ਪਰ ਜਿਸ ਜੀ ਲੈਵਲ ਦਾ ਮਾਹੌਲ ਸੀ, ਜਿਹੜਾ ਇਹਨਾਂ ਨੇ ਇੱਥੇ ਬੈਰੀਕੇਡ ਲਾਏ, ਜਿਹੜਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਲਗਾਤਾਰ ਹੋ ਰਹੀ ਹੈ, ਇਹਦੇ ਕਰਕੇ ਸਾਰਿਆਂ 'ਚ ਹਮਦਰਦੀ ਹੈ ਤੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਆਉਣਾ ਪੈ ਰਿਹਾ ਹੈ, ਜਿਹੜੀਆਂ ਬਾਕੀ ਕਿਸਾਨੀ ਜਥੇਬੰਦੀਆਂ ਵੀ ਨੇ। ਚਾਹੇ ਕੱਲ SKM ਨੇ ਇਹ ਕਿਹਾ ਕਿ ਜੇ ਅਸੀਂ 21-22 ਤਰੀਕ ਨੂੰ, 20 ਤੋਂ 22 ਤਰੀਕ ਤੱਕ ਟੋਲ ਪਲਾਜ਼ੇ ਫ੍ਰੀ ਕਰਾਂਗੇ BJP ਦੇ ਲੀਡਰਾਂ ਦੇ, ਡਿਸਟ੍ਰਿਕਟ ਪ੍ਰੈਜ਼ੀਡੈਂਟਾਂ ਤੱਕ ਦਾ, ਪਰ ਉਹ BJP ਦੇ ਵਿਚਾਰੇ ਲੀਡਰ ਨਹੀਂ ਲੱਭਦੇ। ਪਹਿਲਾਂ ਤਾਂ ਉਹ MLA MP ਦਾ ਕਿਹਾ ਸੀ ਵੀ ਬੰਦੇ ਕਿੰਨੇ ਨੇ, ਕਿਹਦਾ ਕਰਾਂਗੇ ਆਪਾਂ ਘਰੋਂ, ਦੋ MLA ਨੇ ਤੇ MP ਕਿੰਨਿਆਂ ਦਾ ਕਰਾਂਗੇ। ਫਿਰ ਉਹ ਜ਼ਿਲ੍ਹਾ ਪ੍ਰਧਾਨ ਵੀ ਲੈ ਲਏ ਵਿੱਚ ਹੀ, ਵੀ ਚੱਲ ਜ਼ਿਲ੍ਹਾ ਪ੍ਰਧਾਨਾਂ ਤੱਕ ਹੀ ਚੱਲਦੇ ਆ, ਹੋਰ ਕੁਛ ਤਾਂ ਕਰੋ। ਉਹ ਸਪੋਰਟ ਹੈ ਪਰ ਬੜੀ ਹਲਕੀ ਜਿਹੀ ਸਪੋਰਟ ਵਾਲਾ ਕੰਮ ਹੈ, ਮੇਰੇ ਕਹਿਣ ਦਾ ਕੋਈ ਇਸ ਲੈਵਲ ਦੀ ਨਹੀਂ ਗੱਲ ਜਿਹੜੀ ਬਹੁਤ ਠੋਕ ਕੇ ਇੱਕ ਸਪੋਰਟ ਹੁੰਦੀ ਹੈ ਬਾਹਰ ਰਹਿੰਦੇ ਹੋਏ ਵੀ। ਪਰ ਫਿਰ ਵੀ ਜਿਹੜੀ ਰਾਤ ਇਹਨਾਂ ਦੀ ਨੈਗੋਸ਼ੀਏਸ਼ਨ ਹੋਈ, ਜਿਹਦੇ 'ਚ ਆ ਕੇ ਉਹਨਾਂ ਨੇ ਗੱਲ ਦੱਸੀ ਕਿ ਪਹਿਲੀ ਵਾਰ ਤਜਵੀਜ਼ ਆਈ ਹੈ, ਮਤਲਬ ਇੰਨੇ ਸਮੇਂ 'ਚ ਤਜਵੀਜ਼ ਵੀ ਪਹਿਲੀ ਵਾਰ ਆਈ ਹੈ। ਉਹ ਤਜਵੀਜ਼ ਕੀ ਆਈ ਹੈ ਕਿ ਅਸੀਂ 5 ਫਸਲਾਂ ਤੇ ਜੀ ਕੰਟਰੈਕਟ ਕਰਾ ਦਾਂਗੇ, ਤੁਹਾਡਾ ਨੈਸ਼ਨਲ ਲੈਵਲ ਦਾ ਜਿਹੜਾ ਕੰਜ਼ਿਊਮਰ ਫੋਰਮ ਹੈ, ਔਰ ਇਸੇ ਢੰਗ ਦੇ ਨਾਲ ਜਿਹੜਾ ਨੈਫੈਡ ਹੈ, ਇਸੇ ਢੰਗ ਨਾਲ ਜਿਹੜੀ ਕਾਟਨ ਕਾਰਪੋਰੇਸ਼ਨ ਆਫ ਇੰਡੀਆ, ਇੱਕ ਮੱਕੀ, ਇੱਕ ਕਾਟਨ ਤੇ 3 ਦਾਲਾਂ, ਜਿਹ ਚ ਅਰਹਰ ਵੀ ਹੈ, ਉਰਦ ਹੈ, ਤੇ ਇਹ ਜਿਹੜੀਆਂ ਮੂੰਗੀ ਤਾਂ ਪਹਿਲਾਂ ਭਗਵੰਤ ਮਾਨ ਵੀ ਵਿੱਚ ਬੈਠੇ ਹੋਏ ਸੀਗੇ, ਵੈਸੇ ਉਹਨਾਂ ਨੇ ਵੀ ਕੀਤਾ ਸੀ ਕੰਟਰੈਕਟ ਕਿਸਾਨਾਂ ਨਾਲ ਵੀ ਤੁਹਾਨੂੰ MSP ਦੇਵਾਂਗੇ, ਉਹ ਵੀ ਵਿੱਚ ਹੀ ਰੁੜ ਰਲ ਗਿਆ ਸੀ ਜਿਹੜਾ ਵੀ। ਹੁਣ ਇਹਦੇ ਸਭ ਤੋਂ ਬੜਾ ਕੁਐਸਚਨ ਇਹ ਹੈ, ਜਿਹੜੀ ਨੈਗੋਸ਼ੀਏਸ਼ਨ ਹੋ ਰਹੀ ਸੀ, ਮੇਜਰ ਡਿਮਾਂਡ ਜਿਹੜੀ ਹੈ, ਮੇਜਰ ਡਿਮਾਂਡ ਹੈ ਕਿ MSP ਦੀ ਲੀਗਲ ਗਰੰਟੀ, MSP ਦੀ ਖਰੀਦ ਤੇ ਲੀਗਲ ਗਰੰਟੀ ਦੇਣੀ ਹੈ। ਹੁਣ ਜਿਹੜੇ ਪਹਿਲੇ 3 ਬਿੱਲ ਆਏ ਸੀ ਜਦੋਂ, ਜਿਹੜੇ ਵਾਪਸ ਕਰਾਏ ਨੇ ਕਿਸਾਨਾਂ ਨੇ, ਉਹਦੇ ਚ ਇੱਕ ਬਿੱਲ ਜਿਹੜਾ, ਜਿਹਦਾ ਸਭ ਤੋਂ ਜ਼ਿਆਦਾ ਵਿਰੋਧ ਵਾਲਾ ਸੀ, ਉਹ ਕੰਟਰੈਕਟ ਫਾਰਮਿੰਗ ਦਾ ਬਿੱਲ ਸੀ। ਤੇ ਇਹਦਾ ਮਤਲਬ ਗਵਰਨਮੈਂਟ ਆਫ ਇੰਡੀਆ ਕੰਟਰੈਕਟ ਫਾਰਮਿੰਗ ਨੂੰ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਗੇ ਵਧਾ ਰਹੀ ਹੈ। ਉਹ ਇੱਧਰ ਦੀ ਨਹੀਂ, ਇੱਧਰ ਦੀ ਫਿਲਹਾਲ ਚਾਹੇ ਉਹ ਕੋਆਪਰੇਟਿਵ ਬਾਡੀ ਤੱਕ ਹੋਏਗਾ, ਅਗਲੇ ਵਾਰ ਉਹ ਅਮੈਂਡ ਹੋ ਜਾਏਗਾ, ਕਿਸੇ ਹੋਰ ਮਾਮਲੇ ਤੱਕ ਚੱਲ ਜੂ, ਉੱਥੇ ਲੈ ਜੂ, ਇੱਥੇ ਨਹੀਂ। ਔਰ ਇਹਦੇ ਤੋਂ ਇਲਾਵਾ ਇਹ ਕੇਵਲ ਪੰਜਾਬ ਦੀ ਨੀਡ ਬੇਹੱਦ ਜ਼ਿਆਦਾ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਪੰਜਾਬ ਨੂੰ ਡਾਇਵਰਸੀਫਾਈ ਹੋਣ ਦੇ ਲਈ, ਕ੍ਰੋਪ ਡਾਇਵਰਸੀਫਿਕੇਸ਼ਨ ਦੇ ਲਈ ਇੱਕ ਪੈਕੇਜ ਚਾਹੀਦਾ ਹੈ। ਉਹ ਪੈਕੇਜ ਦਾ ਹਿੱਸਾ ਇਹ ਵੀ ਹੋ ਸਕਦਾ ਕਿ 5 ਸਾਲ ਤੱਕ ਤੁਸੀਂ ਫੁੱਲ ਪੇਮੈਂਟ ਕਰੋਗੇ, ਜਾਂ ਬਾਕੀ ਦੀਆਂ ਚੀਜ਼ਾਂ ਕਰੋਗੇ, ਹੋਰ ਜਿੰਨੇ ਵੀ ਮਰਜ਼ੀ ਚੀਜ਼ਾਂ ਤੁਸੀਂ ਕਰ ਸਕਦੇ ਹੋ। ਔਰ ਉਹ ਰੀਜਨ ਵਾਈਜ਼ ਵੀ ਹੋ ਸਕਦਾ ਕਿ ਇਸ ਰੀਜਨ ਚਾਹ ਬੀਜ ਲਓ, ਇੱਥੋਂ ਅਸੀਂ ਚੱਕਾਂਗੇ, ਇਸ ਰੀਜਨ ਚਾਹ ਬੀਜ ਲਓ। ਪਰ ਇਹ ਡਿਮਾਂਡ ਦਾ ਹਿੱਸਾ ਨਹੀਂ ਸੀਗਾ ਐਤਕੀ ਦੇ ਡਿਮਾਂਡ ਚਾਰਟਰ ਦਾ, ਬਲਕਿ ਐਡੀਸ਼ਨਲ ਹੋ ਸਕਦਾ ਸੀ MSP ਤੇ ਡਾਇਵਰਸੀਫਿਕੇਸ਼ਨ। ਇਹ ਦੋਨੋਂ ਗੱਲਾਂ ਜੁੜੀਆਂ ਹੋਈਆਂ ਨੇ, ਇਹ 'ਚ ਕੋਈ ਸ਼ੱਕ ਨਹੀਂ। ਜੇ 23 ਫਸਲਾਂ ਦੀ MSP ਦੀ ਲੀਗਲ ਗਰੰਟੀ ਹੁੰਦੀ ਹੈ ਤਾਂ ਆਟੋਮੈਟਿਕਲੀ ਇਹ 5 ਫਸਲਾਂ ਦੀ ਵਿੱਚ ਹੀ ਹੋਗੀ ਨਾ, ਜਿਹੜੀਆਂ ਵੀ ਬੀਜਣਗੇ ਲੋਕ, ਜਿਹੜੀਆਂ ਬੀਜਣਗੇ ਉਹਦੀ ਗਰੰਟੀ ਹੋਗੀ, ਆਟੋਮੈਟਿਕ ਪੈਡੀ ਚੋਂ ਨਿਕਲ ਜੂਗਾ ਪੰਜਾਬ, ਉਹਦੇ ਤਹਿਤ ਤਾਂ ਉੱਧਰ ਨੂੰ ਜਾਂਦਾ ਤੇ ਉਹ ਨਿਕਲਦਾ ਹੀ ਆ ਉਸ ਰੂਪ ਦੇ ਵਿੱਚ। ਔਰ ਅਜੇ ਵੀ ਮੇਰਾ ਖਿਆਲ ਹੈ ਗਵਰਨਮੈਂਟ ਆਫ ਇੰਡੀਆ ਨੂੰ ਇਹ ਲੱਗ ਰਿਹਾ ਹੈ ਕਿ ਪੰਜਾਬੀ ਹੀ ਤਕਲੀਫ 'ਚ ਜ਼ਿਆਦਾ ਲੱਗਦੇ ਨੇ, ਪੰਜਾਬੀ ਹੀ ਅੰਦੋਲਨ 'ਚ ਜ਼ਿਆਦਾ ਨੇ। ਇਸ ਲਈ ਪੰਜਾਬ ਦੀ ਪ੍ਰੋਬਲਮ ਉੱਤੇ ਆਪਾਂ ਇੱਕ ਗੱਲ ਕਰ ਲੈਂਦੇ ਹਾਂ ਇੱਧਰ, ਇਹ ਤਾਂ ਕੰਟਰੀ ਦੀ ਪ੍ਰੋਬਲਮ ਨਹੀਂ ਹੈ ਕਿ ਕੰਟਰੈਕਟ ਕਰੋ, ਆਹ ਦਾਲਾਂ ਖਰੀਦੋ, ਆਹ ਫਲਾਨਾ ਖਰੀਦੋ, ਕੰਟਰੀ ਕਿੱਥੇ
ਡਾਈਵਰਸਿਫਾਈ ਹੋਣਾ ਹੈ। ਕੰਟਰੀ ਨੇ ਤਾਂ ਜੇ ਸ਼ੁਰੂ ਕਰਨੀਆਂ ਨੇ ਉਹ ਕਰ ਲੈਣ ਸ਼ੁਰੂ, ਕੋਈ ਰੋਕਦਾ ਥੋੜ੍ਹੀ ਆ ਜੇ ਵੀ ਜੇ ਬਾਹਰੋਂ ਮੰਗਾਈਆਂ ਜਾ ਰਹੀਆਂ ਨੇ। ਪੰਜਾਬ ਡਾਈਵਰਸਿਫਾਈ ਇਸ ਲਈ ਨਹੀਂ ਹੋ ਰਿਹਾ ਕਿਉਂਕਿ ਪੈਡੀ ਬੀਟ ਤੋਂ ਜਿੰਨੀ ਆਮਦਨ ਆਉਂਦੀ ਹੈ ਉਨੀ ਹੋਰ ਕੋਈ ਕ੍ਰੋਪ ਪੈਟਰਨ ਨਹੀਂ ਦੇ ਰਿਹਾ ਤੇ ਉਹਨਾਂ ਉਹਦੀ ਗਰੰਟੀ ਕੋਈ ਨਹੀਂ। ਹੁਣ ਇਹਦੇ 'ਚ ਤੁਸੀਂ ਇੱਕ ਨੋਟੀਫਿਕੇਸ਼ਨ ਕਰ ਦਿਓਗੇ, ਇੱਕ ਕੰਟਰੈਕਟ ਫਾਰਮਿੰਗ ਦਾ ਐਕਟ ਲਿਆਓਗੇ, ਇਦੋਂ ਪਹਿਲਾਂ ਪੰਜਾਬੀਆਂ ਨਾਲ ਕੰਟਰੈਕਟ ਫਾਰਮਿੰਗ ਦਾ ਐਕਟ ਹੈਗਾ ਜਾਂ ਦੇਸ਼ 'ਚ ਹੈ, ਪੰਜਾਬ ਛੱਡੋ। ਗੰਨੇ ਦੇ ਮਾਮਲੇ 'ਚ ਜਿਹੜੇ ਇਹ ਫੋਰਮ ਨੇ ਇੱਕ ਮੰਗ ਰੱਖੀ ਹੋਈ ਹੈ ਕਿ ਗੰਨਾ ਵੀ MSP ਤੇ ਉਸੇ ਤਰੀਕੇ ਨਾਲ ਕਰੋ, C2 ਦੇ ਲਿਹਾਜ਼ ਨਾਲ ਸਵਾਮੀਨਾਥਨ ਦੇ ਮੁਤਾਬਕ ਦਿਓ, ਤੇ ਗੰਨੇ ਦਾ ਕੰਟਰੈਕਟ ਫਾਰਮਿੰਗ ਹੈ। ਤੇ ਉਸ ਕੰਟਰੈਕਟ ਫਾਰਮਿੰਗ ਦੇ ਵਿੱਚ ਆਪਣੇ ਪਤਾ ਮਿੱਲਾਂ ਕੰਟਰੈਕਟ ਵੀ ਕਰਦੀਆਂ ਨੇ ਬੰਦਿਆਂ ਨਾਲ, ਜਾ ਕੇ ਏਰੀਆ ਵਾਈਜ਼ ਵੀ ਕਰਦੀਆਂ ਨੇ ਕੰਟਰੈਕਟ ਕਿ ਤੁਸੀਂ ਸਾਨੂੰ ਹੀ ਵੇਚੋਗੇ ਤਾਂ ਸਾਡਾ ਇਹ ਜਿਹੜਾ ਮਾਮਲਾ ਹੋਏਗਾ। ਪਰ ਸਾਲਸਾ ਨੂੰ ਪੈਸੇ ਨਹੀਂ ਦਿੰਦੇ, ਸ਼ੂਗਰ ਕੇਨ ਕੰਟਰੋਲ ਆਰਡਰ ਹੈ 1966 ਦਾ, ਜੇ ਨਹੀਂ ਪੈਸੇ ਦਿੰਦੇ ਤਾਂ 14 ਦਿਨ ਤੋਂ ਬਾਅਦ ਵਿਆਜ ਲੱਗਣਾ ਸ਼ੁਰੂ ਹੁੰਦਾ 15% ਦੇ ਰੇਟ ਦੇ ਨਾਲ, ਤੁਹਾਨੂੰ ਵਿਧ ਵਿਆਜ ਦੇਣਾ ਪਊਗਾ। ਇਹ ਕਿੱਥੇ ਲਾਗੂ ਹੋ ਰਿਹਾ? ਕਿਸਾਨ ਵਿਚਾਰੇ ਫਿਰ ਧਰਨਾ ਦਿੰਦੇ ਨੇ, ਬਾਕੀ ਦਿੰਦੇ ਨੇ, ਉਹ ਸਾਰਾ ਕੁਝ ਹੀ ਚੱਲਦਾ ਹੈ। ਕਿੰਨਾ ਅਦਾਲਤਾਂ 'ਚ ਧੱਕੇ ਖਾਈ ਜਾਣਗੇ? ਕੰਟਰੈਕਟ ਫਾਰਮਿੰਗ ਦਾ ਮਤਲਬ ਹੈ ਕਿ ਅਦਾਲਤੀ ਸਿਸਟਮ ਹੈ, ਅਦਾਲਤਾਂ 'ਚ ਜਾਂਦੇ ਰਹੋ। ਫਾਰਮਰ ਤਾਂ ਵੈਸੇ ਹੀ ਜਿਹੜਾ ਖਾਸ ਤੌਰ ਦੇ ਉੱਤੇ ਸਮਾਲ ਤੇ ਮਾਰਜਨਲ ਫਾਰਮਰ ਹੈ ਜਾਂ ਈਵਨ ਮੱਧਵਰਗੀ ਫਾਰਮਰ ਤੱਕ, ਉਹ ਅਦਾਲਤ ਦੀ ਇੰਨੀ ਮਹਿੰਗੀ ਨਿਆਂ ਪ੍ਰਕਿਰਿਆ ਦੇ ਵਿੱਚ ਜਾ ਕੇ ਨਿਆਂ ਕਿਵੇਂ ਲੈ ਸਕਦਾ? ਔਰ ਦੇਸ਼ ਦੇ ਵਿੱਚ ਇੱਕ ਕੰਟਰੈਕਟ ਦੀ ਹੋਰ ਪਰ ਸਾਡੇ ਕੋਲ ਉਦਾਹਰਣ ਹੈ, ਉਹ ਹੈ ਬੀਮਾ ਪਾਲਿਸੀ, ਕ੍ਰੋਪ ਇੰਸ਼ੋਰੈਂਸ ਪਾਲਿਸੀ। ਔਰ ਉਹਦੇ ਵਿੱਚ ਗੌਰਮੈਂਟ ਵੀ ਹੈ, ਗੌਰਮੈਂਟ ਸਟੇਟ ਗੌਰਮੈਂਟ ਵੀ ਹੈ, ਨੈਸ਼ਨਲ ਗੌਰਮੈਂਟ ਵੀ ਹੈ, ਔਰ ਕਿਸਾਨ ਵੀ ਹੈ, ਔਰ ਬੀਮਾ ਦੀ ਕੰਪਨੀ ਵੀ ਹੈ। ਜਿੱਥੇ ਜਿੱਥੇ ਵੀ ਉਹ ਕੰਟਰੈਕਟ ਹੋਇਆ ਉੱਥੇ ਜ਼ਬਰਦਸਤੀ 'ਚ, ਹਰਿਆਣੇ 'ਚ ਜ਼ਬਰਦਸਤੀ ਵਿਡਰਾ ਕਰਨਾ ਪਿਆ। ਨੰਬਰ ਕਿੰਨਾ ਡਾਊਨ ਆ ਗਿਆ ਸਾਡੇ ਸਾਹਮਣੇ, ਮਹਾਰਾਸ਼ਟਰ ਦੇ ਵਿੱਚ ਆਂਧਰਾ ਜਿੰਨੇ ਰੌਲੇ ਪਏ ਤੇ ਉਹਨਾਂ ਦਾ ਕੱਖ ਨਹੀਂ ਮਿਲਿਆ ਕਿਸੇ ਨੂੰ ਸਾਡੇ ਸਾਹਮਣੇ ਆ। ਉਹ ਤੋਂ ਬਾਅਦ ਜਿਹੜਾ ਕੰਪਨਸੇਸ਼ਨ ਸੀ, ਇਹ ਆਲਰੇਡੀ ਸਾਡੇ ਕੋਲ ਪ੍ਰਪੋਜ਼ਲੇ ਨਹੀਂ, ਆਲਰੇਡੀ ਪ੍ਰੈਕਟੀਕਲ ਹੋਇਆ ਹੋਇਆ ਵੱਡੇ ਮਾਮਲਿਆਂ ਦੇ ਵਿੱਚ। ਇਸ ਕਰਕੇ ਇਸੇ ਕਰਕੇ ਇੱਥੋਂ ਤੋਂ ਕਿਸਾਨ ਉਹ ਕੰਟਰੈਕਟ ਤੋਂ ਡਰਦੇ ਸੀ ਜਿਹੜਾ ਪਹਿਲਾਂ ਵਾਲਾ ਕੰਟਰੈਕਟ ਹੈ ਜਿਹਨੂੰ ਉਸ ਲੈਵਲ ਤੇ ਨਹੀਂ ਜਾਂਦੇ। ਇਹਦੇ 'ਚ ਮੈਨੂੰ ਇਹ ਲੱਗਦਾ ਵੀ ਚਾਹੇ ਇਹਨਾਂ ਦੋਨੇ ਫੋਰਮਾਂ ਨੇ ਇਹ ਕਿਹਾ ਕਿ ਅਸੀਂ ਵੀ ਗੱਲ ਕਰਾਂਗੇ ਜਾ ਕੇ, ਪਰ ਇਹਦੇ ਤੇ ਕਿਸਾਨੀ ਦਾ ਮਨ ਪਾਉਣਾ ਜਾਂ ਜਿਹੜੇ ਬੰਦੇ ਬੈਠੇ ਨੇ ਜਾਂ ਆਲੇ ਦੁਆਲੇ ਜਿਹੜੇ ਉਸ ਲੈਵਲ ਤੇ ਨੇ, ਮੁਸ਼ਕਲ ਹੈ। ਇੰਨੇ ਨਾਲ ਹੀ ਮੋਰਚੇ ਦੀ ਜਿੱਤ ਪ੍ਰਾਪਤ ਕਰ ਦੇਣ ਦਾ ਜਿਹੜਾ ਇੱਕ ਜੇਕਰ ਕੋਈ ਬਿਰਤਾਂਤ ਸਿਰਜਿਆ ਜਾਂਦਾ ਹੈ, ਮੇਰੇ ਖਿਆਲ ਉਹ ਨਹੀਂ ਹੋਏਗਾ ਉਸ ਪਾਸੇ ਵੱਲ। ਹੁਣ ਇਸੇ ਦੇ ਵਿੱਚੋਂ ਇੱਕ ਅੱਗੇ ਗੱਲ ਤੁਰਦੀ ਹੈ, ਇਹਦਾ ਮਤਲਬ ਡੈਡ ਲੋਕ ਵੀ ਹੋ ਗਿਆ, ਨਵੀਂ ਡੇਟ ਵੀ ਕੋਈ ਨਹੀਂ ਰੱਖੀ। ਕਈ ਵਾਰ ਤਾਂ ਇਹ ਹੋ ਜਾਂਦਾ ਨਾ ਵੀ ਚੱਲ ਆਪਾਂ ਇੱਕ ਡੇਟ ਹੋਰ ਰੱਖਦੇ ਹਾਂ, ਅਸੀਂ ਹੋਰ ਇਹਦੇ ਤੇ ਵਿਚਾਰਦੇ ਹਾਂ। ਇਟ ਮੀਨਸ ਗਵਰਨਮੈਂਟ ਆਫ ਇੰਡੀਆ ਨੇ ਕਹਿਤਾ ਵੀ ਵੈਦੂ ਪੰਥ ਨਹੀਂ ਅਸੀਂ ਭਾਈ ਕੋਈ ਕਰਦੇ, ਆਹ ਦੂਜੀਆਂ ਮੰਗਾਂ ਤੇ ਅਸੀਂ ਵਿਚਾਰ ਕੇ, ਸਾਨੂੰ 2 ਦਿਨ ਦਾ ਸਮਾਂ ਦਿਓ, ਤੁਸੀਂ ਵੀ 2 ਦਿਨ ਦਾ ਸਮਾਂ ਲੈ ਲਓ ਤੇ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਸਾਨੂੰ ਦੱਸ ਦਿਓ। ਹੁਣ ਇਹਨਾਂ ਨੇ 21 ਤਰੀਕ ਨੂੰ 11 ਵਜੇ ਦਿੱਲੀ ਕੂਚ ਕਰਨ ਦਾ ਇੱਕ ਸਲੋਗਨ ਦਿੱਤਾ ਹੋਇਆ, ਆਹ 2 ਦਿਨ ਨੇ, ਉਦੋਂ ਕੀ ਹੋਏਗਾ, ਕਿਹੋ ਜਿਹਾ ਮਾਹੌਲ ਬਣੇਗਾ? ਔਰ ਅਜੇ ਤੱਕ ਤੁਸੀਂ ਦੇਖੋ ਗਵਰਨਮੈਂਟ ਆਫ ਇੰਡੀਆ ਕੀ ਨਹੀਂ ਮੰਨ ਰਹੀ ਤੁਹਾਡੇ ਸਾਹਮਣੇ ਹੈ। ਪਹਿਲੀ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਪੇਜ ਉਡਾਏ ਨੇ ਜਥੇਬੰਦੀਆਂ ਦੇ, ਚਾਹੇ ਉਹ ਫੇਸਬੁੱਕ ਪੇਜ ਹੈ, ਚਾਹੇ ਉਹ ਟਵੀਟ ਹੈ, ਚਾਹੇ ਉਹ ਬਾਕੀ ਹੈ, ਉਹ ਬਹਾਲ ਕਰ ਦਾਂਗੇ ਜੀ, ਇਹ ਮੇਰੀ ਜ਼ਿੰਮੇਵਾਰੀ ਹੈ। ਇਹ ਕੁਲਦੀਪ ਧਾਲੀਵਾਲ ਨੇ ਬੈਠੇ ਬੈਠੇ ਹੀ ਕਹਿਤਾ, ਤੁਸੀਂ ਦੱਸੋ ਕਿਹੜੀ ਅਥਾਰਟੀ ਨਾਲ ਕਿਹਾ ਤੇ ਹੁਣ ਤੁਸੀਂ ਲਾਗੂ ਕਿਉਂ ਨਹੀਂ ਕਰਾਉਂਦੇ? ਉਹ ਸਟੇਟ ਗੌਰਮੈਂਟ ਦਾ ਨੁਮਾਇੰਦਾ ਹੈ ਤੇ ਮੁੜ ਕੇ ਚੀਫ ਮਿਨਿਸਟਰ 2 ਵਾਰ ਜਾਂਦੇ ਨੇ, ਚੀਫ ਮਿਨਿਸਟਰ ਦੂਜੀ ਵਾਰ ਬੈਠੇ ਵਿੱਚ, 7 ਜ਼ਿਲ੍ਹਿਆਂ ਦਾ ਨੈੱਟ ਬੰਦ ਕਰ ਦਿੱਤਾ ਗਿਆ ਪੰਜਾਬ ਦਾ ਸਵੇਰ ਤੋਂ ਕੱਲ੍ਹ ਤੋਂ, ਤੇ ਤੁਸੀਂ ਕੀ ਪਗਾ ਲਓਗੇ ਫਿਰ ਉਦੋਂ ਬਾਅਦ, ਕਿਹੜੇ ਕੰਟਰੈਕਟ ਨੂੰ ਇੰਪਲੀਮੈਂਟ ਕਰਾ ਦੋਗੇ? ਇਹ ਤਾਂ ਕੋਈ ਬਹੁਤ ਵੱਡੀਆਂ ਗੱਲਾਂ ਨਹੀਂ ਹੈ। ਜਦੋਂ ਇਹਨਾਂ ਨੇ ਰੌਲਾ ਪਾਇਆ, ਕਿਸਾਨ ਗਏ ਤਾਂ ਟਰਾਈ ਦੇ ਕੋਲ ਗਏ, ਟਰਾਈ ਦੇ ਕੇ ਸਾਡੇ ਤੋਂ ਗਵਰਨਮੈਂਟ ਆਫ ਇੰਡੀਆ ਦੇ ਹੋਮ ਮਿਨਿਸਟਰੀ ਨੇ ਮੰਗਿਆ ਸੀ ਆਹ ਦੇ ਤਾ ਤੁਹਾਡੇ ਕੋਲ,
ਆਹ ਉਹਨਾਂ ਦਾ ਦਿੱਤਾ ਹੋਇਆ ਸਾਡੇ ਲਈ ਤੇ ਅਸੀਂ ਇਸ ਲਈ ਬੰਦ ਕਰ ਰਹੇ ਹਾਂ। ਤਾਂ ਇਹਦਾ ਮਤਲਬ ਗਵਰਨਮੈਂਟ ਆਫ ਇੰਡੀਆ ਵਾਹ ਮਰੋੜ ਵੀ ਜਾਰੀ ਰੱਖ ਰਹੀ ਹੈ ਇੱਕ ਪਾਸੇ ਤਾਂ ਪੂਰੀ ਤਰ੍ਹਾਂ ਪ੍ਰੈਸ਼ਰ ਟੈਕਟਿਕਸ ਨੇ, ਨਹੀਂ ਗੱਲਬਾਤ ਦੇ ਲਈ ਮਾਹੌਲ ਸਗੋਂ ਸੁਖਾਵਾਂ ਬਣਾਉਣਾ ਹੁੰਦਾ ਹੈ ਵੀ ਲੈ ਜੀ ਕਰਤਾ ਬੈਠ ਜਿੰਨਾ ਮਰਜ਼ੀ ਕਰੋ ਆਹ ਹੁਣ ਬੈਠ ਕੇ ਦੱਸੀਏ, ਇੱਕ ਖੁਸ਼ਗਵਾਰ ਮਾਹੌਲ ਬਣਾਉਣਾ ਹੁੰਦਾ ਹੈ। ਜੇਕਰ ਜਿਹੜੀ ਡੋਮੀਨੇਟਿੰਗ ਧਿਰ ਹੈ ਤਾਕਤਵਰ ਧਿਰ ਤਾਂ ਗਵਰਨਮੈਂਟ ਹੀ ਹੈ ਨਾ, ਦੂਜੇ ਤਾਂ ਆਪਣਾ ਅੰਦੋਲਨ ਚ ਗੱਲ ਲੈ ਕੇ ਜਾ ਰਹੇ ਨੇ। ਔਰ ਇੱਕ ਇਹ ਗੱਲ ਹੈ, ਦੂਸਰੀ ਗੱਲ ਮੈਂ ਜਿਹੜਾ ਅੰਦਰਲਾ ਪ੍ਰੋਸੀਜਰ ਮੈਨੂੰ ਪਤਾ ਲੱਗਿਆ ਪਿਛਲੇ ਦਿਨਾਂ ਦੇ ਵਿੱਚ, ਅੰਦਰ ਸਾਡੇ ਪੁਲਿਸ ਅਫਸਰ ਹੀ ਨੈਗੋਸ਼ੀਏਸ਼ਨ ਕਰੀ ਜਾਂਦੇ ਨੇ, ਚੀਫ ਮਿਨਿਸਟਰ ਦਾ ਕੁਛ ਨਾ ਕੁਛ ਬੋਲ ਦਿੰਦੇ ਨੇ, ਕਦੇ ਕੋਈ ਬੋਲ ਦਿੰਦਾ ਕਦੇ ਕੋਈ ਬੋਲ ਦਿੰਦਾ। ਪਰ ਉਹ ਪਹਿਲਾਂ ਵਾਲੇ ਮੈਂ ਅੰਦੋਲਨ ਦਾ ਜਦੋਂ ਜ਼ਿਕਰ ਕਰਦਾ ਦੋਨਾਂ 'ਚ ਤਾਂ ਇੱਕ ਗੱਲ ਸੀ, ਮਿਸਟਰ ਅਗਰਵਾਲ ਜਿਹੜੇ ਹੁਣ ਰਿਟਾਇਰ ਹੋ ਗਏ ਐਗਰੀਕਲਚਰ ਸੈਕਟਰੀ ਸੀਗੇ ਗਵਰਨਮੈਂਟ ਆਫ ਇੰਡੀਆ ਦੇ, ਹਾਲਾਂਕਿ ਉਹਨਾਂ ਦਾ ਇੱਕ ਲੈਵਲ ਬਣਦਾ ਵੀ ਹੈ ਕਿ ਤੁਸੀਂ ਸੈਕਟਰੀ ਐਗਰੀਕਲਚਰ ਹੋ, ਐਗਰੀਕਲਚਰ ਦੀ ਗੱਲ ਹੋ ਰਹੀ ਹੈ। ਪਰ ਪਹਿਲੀ ਚੀਜ਼ ਜਦੋਂ ਨੈਗੋਸ਼ੀਏਸ਼ਨ ਵਾਲਾ ਗਿਆ ਜਿਹੜਾ ਗਰੁੱਪ, ਉਹਨਾਂ ਨੇ ਕਿਹਾ ਮੰਤਰੀਆਂ ਨੂੰ ਵੀ ਅਸੀਂ ਇਹਨਾਂ ਨਾਲ ਗੱਲ ਕਰਨਾ ਹੈ ਜਾਂ ਤੁਹਾਡੇ ਨਾਲ, ਤੁਸੀਂ ਦੱਸੋ ਕੀ ਕਰਨਾ, ਇਹ ਨਹੀਂ ਬੋਲਣਗੇ ਵਿੱਚ। ਇਹ ਦਮਖਮ ਜਿਹੜਾ ਇੱਕ ਲੀਡਰਸ਼ਿਪ ਦੇ ਵਿੱਚ ਵੀ ਹੁੰਦਾ ਨਾ, ਲੀਡਰਸ਼ਿਪ ਨੂੰ ਕਹਿਣਾ ਇਹ ਬੇਹੱਦ ਜ਼ਰੂਰੀ ਹੁੰਦਾ, ਤਾਂ ਤੁਸੀਂ ਬਰਾਬਰ ਦੇ ਲੈਵਲ ਤੇ ਨੈਗੋਸ਼ੀਏਸ਼ਨ ਚ ਆਉਂਦੇ ਹੋ ਜਿਹੜੀਆਂ ਚੀਜ਼ਾਂ ਉਸ ਨੇ, ਤੇ ਜੇ ਉਹ ਆਪੀ ਬੋਲੀ ਜਾਂਦੇ ਨੇ ਤੇ ਉਹ ਗੱਲਾਂ ਨਹੀਂ ਬਣਦੀਆਂ। ਇਹ ਉਸ ਵੇਲੇ ਸ਼ਾਇਦ ਜੇ ਮੈਂ ਗਲਤ ਨਹੀਂ, ਤੁਸੀਂ ਇਹਨੂੰ ਕਰ ਸਕਦੇ ਹੋ ਦਰੁਸਤ ਕਰ ਸਕਦੇ ਹੋ ਜੇ ਮੈਂ ਗਲਤ ਹੋਵਾਂ, ਬਲਬੀਰ ਸਿੰਘ ਰਾਜੇਵਾਲ ਨੇ ਇਹ ਗੱਲ ਉਠਾਈ ਸੀ ਜਦੋਂ ਅਗਰਵਾਲ ਸਾਹਿਬ ਨੇ ਆਪਣੀ ਗੱਲ ਰੱਖਣੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਕੀ ਅਸੀਂ ਇਹਨਾਂ ਨਾਲ ਗੱਲ ਕਰਨਾ ਹੈ ਜਾਂ ਅਸੀਂ ਸਿਆਸੀ ਗੱਲ ਕਰਨਾ ਹੈ ਆਪਸ ਵਿੱਚ। ਤਾਂ ਫਿਰ ਉਸ ਤੋਂ ਬਾਅਦ ਅਗਰਵਾਲ ਸਾਹਿਬ ਨੇ ਦਖਲਅੰਦਾਜ਼ੀ ਬੰਦ ਕਰਤੀ ਸੀ ਔਰ ਗੱਲਬਾਤ ਦਾ ਪੱਧਰ ਜਿਹੜਾ ਸੀ ਉਹ ਵੀ ਬਣਿਆ ਰਿਹਾ। ਤੇ ਹੁਣ ਵੀ ਇਸ ਬਾਰੇ ਮੈਂ ਤੁਹਾਡੇ ਕੋਲ ਇਹ ਸਮਝਣਾ ਚਾਹੁੰਦਾ, ਗੱਲ ਬੜੀ ਅਹਿਮ ਆ ਕਿ ਕੀ ਜਦੋਂ ਇਹ ਆਪਸ ਵਿੱਚ ਬੈਠੇ ਸੀ ਇਹ ਪ੍ਰਪੋਜ਼ਲ ਪੇਸ਼ ਹੋਈ, ਉਸ ਤੋਂ ਬਾਅਦ ਥੋੜੀ ਦੇਰ ਲਈ ਇਹ ਵੱਖਰਿਆਂ ਵੱਖਰਿਆਂ ਵੀ ਇਕੱਠੇ ਹੁੰਦੇ ਨੇ ਗੱਲ ਕਰਦੇ ਨੇ ਆਪਸ ਵਿੱਚ, ਫਿਰ ਜਾ ਕੇ ਜੁੜਦੇ ਨੇ, ਜਦੋਂ ਇਹ ਬਾਹਰ ਨਿਕਲਦੇ ਨੇ ਤਾਂ ਬਾਡੀ ਲੈਂਗੁਏਜ ਤੋਂ ਇੰਜ ਲੱਗਦਾ ਹੈ ਕਿ ਪ੍ਰਪੋਜ਼ਲ ਕੁਝ ਹੱਦ ਤੱਕ ਇਹਨਾਂ ਨੂੰ ਲੱਗਿਆ ਕਿ ਇਹ ਚਰਚਾ ਤਾਂ ਹੋ ਸਕਦੀ ਹੈ ਤੇ ਜਾਂ ਸਮਾਂ ਮਿਲ ਸਕਦਾ। ਕਿਸਾਨ ਜਥੇਬੰਦੀਆਂ ਵੀ ਔਰ ਸਰਕਾਰ ਦਾ ਪੱਖ ਤਾਂ ਇੱਕ ਬਿਲਕੁਲ ਅਲੱਗ ਹੈ। ਸੋ ਹੁਣ ਜਦੋਂ ਇਹ ਇਹਦੇ ਉੱਤੇ ਆ ਕੇ ਚਰਚਾ ਕਰਨਗੇ 2 ਦਿਨ ਦੇ ਵਿੱਚ, ਤੁਹਾਨੂੰ ਲੱਗਦਾ ਹੈ ਕਿ ਇਹ ਇਹਦੇ ਉੱਤੇ ਖੜ ਪਾਉਣਗੇ, ਇਹ ਆਪਣੀਆਂ ਜਥੇਬੰਦੀਆਂ ਨੂੰ ਮਨਾ ਲੈਣਗੇ? ਦੂਜੀ ਗੱਲ ਕਿ ਜਿਹੜੀ SKM ਨੇ ਐਲਾਨ ਕੀਤੇ ਨੇ, ਕੁਝ ਉਹਨਾਂ ਨੇ ਆਪਣੇ ਕਦਮ ਲਏ ਨੇ, ਟੋਲ ਪਲਾਜ਼ੇ ਫ੍ਰੀ ਕਰਨੇ ਆ, ਪਰਚੀ ਮੁਕਤ ਕਰਨੇ ਆ ਸਾਰੇ, ਔਰ ਉਹਦੇ ਨਾਲ ਨਾਲ ਉਹਨਾਂ ਨੇ ਸਾਰੇ BJP ਜਿੰਨੇ ਵੀ ਲੀਡਰ BJP ਦੇ ਹੈਗੇ, ਹੁਣ ਤਾਂ ਇਹਨਾਂ ਦੇ ਜੰਬੋ ਅਹੁਦੇਦਾਰਾਂ ਦੀ ਲਿਸਟ ਹੈਗੀ ਆ, ਉਹਨਾਂ ਦਾ ਘਰਾਓ ਕਰਨਾ ਹੈ, ਕਿ ਉਹ ਇਹਨਾਂ ਦੀ ਇਸ ਪ੍ਰਪੋਜ਼ਲ ਦੇ ਉੱਤੇ SKM ਮੰਨ ਜੂਗੀ? ਜੇ ਇਸ ਲੈਵਲ ਤੇ ਇੰਟੈਂਸਲੀ ਗੱਲਬਾਤ ਹੋ ਰਹੀ ਹੈ ਮੰਨ ਲਓ, ਤਾਂ ਫਿਰ SKM ਨੂੰ ਹਿੱਸਾ ਬਣਾਉਣ ਦੇ ਵਿੱਚ ਕੀ ਮੁਸ਼ਕਲ ਆ? ਜਦੋਂ ਇਹ ਪੁੱਛਿਆ ਗਿਆ ਭੰਦੇਰ ਸਾਹਿਬ ਨੂੰ ਇੱਕ ਨਿੱਜੀ TV ਚੈਨਲ ਵੱਲੋਂ, ਉਹ ਕਹਿੰਦੇ ਜਿਹੜਾ ਮਰਜ਼ੀ ਆਵੇ ਜੀ, ਕਿਸਾਨੀ ਦੀ ਗੱਲ ਹੋ ਰਹੀ ਆ, ਕਿਸਾਨੀ ਮੰਗਾਂ ਦੀ ਗੱਲ ਹੋ ਰਹੀ ਆ, ਜਿਹੜਾ ਮਰਜ਼ੀ ਆ ਜੇ, ਉਹ SKM ਨੇ ਵੇਖਣਾ ਜੀ ਉਹਨਾਂ ਆਉਣਾ ਕਿ ਨਹੀਂ। ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਪ੍ਰਪੋਜ਼ਲ ਆ ਇਹਦੇ ਉੱਤੇ ਹੁਣ ਦੋਵੇਂ ਪਾਸੇ SKM ਤੇ ਇਹਨਾਂ ਜਥੇਬੰਦੀਆਂ ਦੇ ਵਿੱਚ ਕੋਈ ਸਹਿਮਤੀ ਬਣ ਜੂ, ਤੇ ਜੇ ਨਾ ਬਣੀ ਤਾਂ ਫਿਰ ਅੱਗੇ ਕੀ? ਦੇਖੋ SKM ਤਾਂ ਆਊਟਰਾਈਟਲੀ ਐਡਵਾਂਸ ਚ ਰੱਦ ਕਰ ਚੁੱਕਿਆ ਇਹਨੂੰ, ਆਰਡੀਨੈਂਸ ਦੇ ਰੂਟ ਨੂੰ, ਜੇ ਕੋਈ ਆਰਡੀਨੈਂਸ ਦੀ ਗੱਲ ਕੋਈ ਇਹੋ ਜਿਹੀ ਗੱਲ ਹੁੰਦੀ ਹੈ, ਤੇ ਕੰਟਰੈਕਟ ਫਾਰਮਿੰਗ ਦੇ ਮਾਮਲੇ ਨੂੰ ਸਿੱਧੇ ਮਾਮਲੇ ਦੇ ਉੱਤੇ ਮੈਨੂੰ ਲੱਗਦਾ ਸਰਦਾਰ ਹਮੀਰ ਸਿੰਘ ਹੋਰਾਂ ਦਾ ਥੋੜ੍ਹੀ ਦੇਰ ਲਈ ਰਾਬਤਾ ਸਾਡੇ ਨਾਲ ਟੁੱਟਿਆ। ਇਹ ਬਹੁਤ ਅਹਿਮ ਸਵਾਲ ਇਸ ਵੇਲੇ ਖੜਾ ਹੈ ਕਿ ਜਦੋਂ ਗਵਰਨਮੈਂਟ ਆਫ ਇੰਡੀਆ ਦੇ ਮਿਨਿਸਟਰ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰ ਰਹੇ ਸੀਗੇ ਤਾਂ ਉਸ ਵੇਲੇ ਬੁਨਿਆਦੀ ਤੌਰ ਤੇ ਜਿਹੜੀ ਕਾਨੂੰਨੀ ਗਰੰਟੀ ਆ, ਸਰਦਾਰ ਹਮੀਰ ਸਿੰਘ ਜੀ ਮੇਰਾ ਖਿਆਲ ਤੁਹਾਡਾ ਇੰਟਰਨੈਟ ਹੋ ਗਿਆ ਚਾਲੂ, ਹਾਂ ਤੁਸੀਂ ਗੱਲ ਕਰ ਰਹੇ, ਲਾਈਟ ਚਲੀ ਗਈ ਸੀ,
ਕੋਈ ਨੀ ਠੀਕ ਹੈ ਆ ਜਾਓ ਤੁਸੀਂ ਕਰੋ ਗੱਲ। ਤੇ ਜਿਹੜਾ ਐਸਕੇਐਮ ਹੈ ਉਹਨੇ ਕੱਲ ਹੀ ਇਹਨੂੰ ਆਊਟਰਾਈਟਲੀ ਰੱਦ ਕਰਤਾ, ਇਹਦਾ ਮਤਲਬ ਉਹਦਾ ਮੰਨਣ ਦਾ ਤਾਂ ਸਵਾਲ ਨਹੀਂ ਹੈ ਕਿ ਉਸ ਮਾਮਲੇ ਚ। ਦੂਜੀ ਗੱਲ ਜਦੋਂ ਉਹਨਾਂ ਤੋਂ ਪ੍ਰਪੋਜ਼ਲ ਪੁੱਛੀ, ਉਹ ਕਹਿੰਦੇ ਪ੍ਰਪੋਜ਼ਲ ਜੇ ਅਸੀਂ ਉਹਦੇ ਸ਼ਾਮਿਲ ਹੋਵਾਂਗੇ, ਨੈਗੋਸ਼ੀਏਟਿੰਗ ਟੇਬਲ ਤੇ ਜਾਵਾਂਗੇ, ਆਰਗੂਮੈਂਟ ਤਾਂ ਕੀਤਾ ਜਾਂਦਾ ਹੁੰਦਾ, ਖਿਲਾਫ ਚ ਅਸੀਂ ਕਿਹਦੇ ਨਾਲ ਗੱਲ ਕਰਦੇ ਰਹੀਏ, ਇਹ ਉਧਰ ਤਾਂ ਨਹੀਂ ਹੈ ਹੁਣ। ਕਿਉਂਕਿ ਜਿਹੜੇ ਬੰਦੇ ਜਿਹੜੀਆਂ ਧਿਰਾਂ ਨੈਗੋਸ਼ੀਏਟਿੰਗ ਟੇਬਲ ਤੇ ਜਾਂਦੀਆਂ ਨੇ, ਉਹਨਾਂ ਦੀ ਮੇਨ ਜ਼ਿੰਮੇਵਾਰੀ ਹੁੰਦੀ ਹੈ, ਮੇਨ ਰਿਸਪੋਂਸੀਬਿਲਟੀ ਹੁੰਦੀ ਹੈ ਸਾਰੇ ਮਾਮਲੇ ਦੇ ਵਿੱਚ, ਉਹਨਾਂ ਨੇ ਡਿਸਾਈਡ ਕਰਨਾ। ਹੁਣ ਉਹ ਆਪੋ ਆਪਣੇ ਫੋਰਮਾਂ ਚ ਪਹਿਲਾਂ ਦੋਨਾਂ ਚ ਇੱਥੇ ਸਹਿਮਤੀ ਕਰ ਲੈਣਗੇ। ਦੂਜੀ ਗੱਲ, ਜਿਹੜਾ ਲੋਕਾਂ ਦਾ ਸੈਂਟੀਮੈਂਟ ਜਦੋਂ ਅਸਮਾਨ ਤੇ ਚੜਿਆ ਹੁੰਦਾ ਹੈ ਉਸ ਪੱਧਰ ਦੇ ਉੱਤੇ ਵੀ, ਹੁਣ ਤਾਂ ਅਸੀਂ ਇਹ ਕਰਕੇ ਹੀ ਆਉਣਾ, ਦਿੱਲੀ ਤਾਂ ਦੱਬ ਲੈਣੀ ਹੈ ਜਾਂ ਇਹ ਤਾਂ ਆਪਾਂ ਬਣਾ ਕੇ ਆਉਣਾ ਹੈ, ਉਹਨਾਂ ਨੂੰ ਸ਼ਾਂਤ ਕਰਨਾ ਲੀਡਰਸ਼ਿਪ ਨਾਲੋਂ ਜ਼ਿਆਦਾ ਔਖਾ ਹੋ ਜਾਂਦਾ। ਕੇਡਰ ਨੂੰ ਤਾਂ ਫਿਰ ਵੀ ਕਈ ਵਾਰ ਸਮਝਾਇਆ ਜਾਂਦਾ ਜਾਂ ਵੱਖ ਵੱਖ ਰੀਜਨ, ਕਿਉਂਕਿ ਉਹਨਾਂ ਕੁ ਹੁੰਦੇ ਨੇ, ਉਹ ਮਾਮਲਾ ਉੱਥੇ ਫਸ ਜਾਂਦਾ। ਹੁਣ ਜੇ ਅਜੇ ਤੱਕ ਇਹ ਇੱਕੋ ਹੀ ਗੱਲ ਹੈ, ਹਾਂ ਇੱਕ ਗੱਲ ਜ਼ਰੂਰ ਲੱਗਦੀ ਹੈ ਕਿ ਇਹਨਾਂ ਨੂੰ ਪ੍ਰਾਈਮਾ ਫੇਸੀ ਜਿਵੇਂ ਆਪਾਂ ਕਹਿੰਦੇ ਹੁੰਦਾ ਨਾ ਵੀ ਇਹ ਲੱਗ ਰਿਹਾ ਤਕਦੀਰ, ਤੇ ਉਹਨਾਂ ਨੂੰ ਲੱਗ ਰਿਹਾ ਵੀ ਗੱਲ ਕਰਨ ਲਾਇਕ ਤਾਂ ਇਹ ਗੱਲ ਹੈਗੀ ਹੈ, ਹਨਾ। ਇਸੇ ਲਈ ਉਹਨਾਂ ਨੇ ਇਹਨੂੰ ਰੱਦ ਨਹੀਂ ਕੀਤਾ ਵੀ ਇਹ ਤੇ ਨਹੀਂ ਗੱਲ ਹੋ ਸਕਦੀ, ਨਹੀਂ ਤਾਂ ਉੱਥੇ ਹੀ ਜਾਂ ਰੱਦ ਕਰਕੇ ਆ ਜਾਂਦੇ ਵੀ ਇਹ ਤੇ ਗੱਲ ਨਹੀਂ ਹੋ ਸਕਦੀ। ਇਹਦਾ ਮਤਲਬ ਇਹਨਾਂ ਫੋਰਮਾਂ ਨੂੰ ਇੰਨਾ ਕੁ ਜ਼ਰੂਰ ਲੱਗਦਾ ਵੀ ਇਹ ਗੱਲ ਕਰਨ ਲਾਇਕ ਹੈ। ਹੁਣ ਉਸ ਗੱਲ ਕਰਨ ਲਾਇਕ ਦੇ ਵਿੱਚ ਸਹਿਮਤੀ ਅਸਹਿਮਤੀ ਅਲੱਗ ਹੈ, ਜੇ ਸਹਿਮਤੀ ਨਹੀਂ ਹੁੰਦੀ ਫਿਰ ਕੀ ਕਰਨਗੇ, 21 ਨੂੰ ਕੀ ਦਿੱਲੀ ਵੱਲ ਜਾਣਗੇ, ਦਿੱਲੀ ਵੱਲ ਜਾਣਗੇ, ਜਿਹੜਾ ਟਕਰਾਅ ਹੋਏਗਾ ਉਹਨੂੰ ਪੀਸਫੁਲ ਕਿਵੇਂ ਰੱਖਣਾ ਹੈ, ਕਿਸ ਢੰਗ ਨਾਲ ਰੱਖਣਾ ਹੈ। ਗੌਰਮੈਂਟ ਜਿਹੜੇ ਉਹਦੇ ਤੇ ਚੜੀ ਹੋਈ ਹੈ, ਹਰਿਆਣੇ ਦੇ ਵਿੱਚ ਇੱਕ ਇੱਕ ਬੰਦੇ ਦੇ ਘਰ CRP BSF ਹਰਿਆਣਾ ਪੁਲਿਸ ਲਗਾਤਾਰ, ਈਵਨ ਹਰਿਆਣਾ ਪੁਲਿਸ ਪੰਜਾਬ ਵਾਲੇ ਪਾਸੇ ਵੀ ਹਰਿਆਣਵੀ ਆਗੂਆਂ ਤੇ ਛਾਪੇ ਮਾਰ ਰਹੀ ਹੈ ਪੰਜਾਬ ਦੇ ਘਰਾਂ ਚ ਆ ਕੇ। ਪੰਜਾਬ ਦਾ ਕੋਈ ਲਾਗਾ ਦੇਗਾ ਨਹੀਂ, ਮਤਲਬ ਇਹ ਵੀ ਸਾਡੇ ਘਰਾਂ ਚ ਆ ਕੇ ਸਾਡੇ ਸਟੇਟ ਚ ਆ ਕੇ ਸਾਡੀ ਰਾਏ ਤੋਂ ਬਿਨਾਂ ਕਿਵੇਂ ਕਰ ਸਕਦੇ ਹੋ, ਇਹ ਸਾਡੀ ਸੂਚਨਾ ਤੋਂ ਬਿਨਾਂ, ਜਾਂ ਫਿਰ ਤੁਸੀਂ ਖੁੱਲਾ ਲਾਇਸੈਂਸ NOC ਦਿੱਤੀ ਹੋਈ ਹੈ ਕਿ ਠੀਕ ਹੈ ਜੀ ਤੁਸੀਂ ਜਿੱਥੇ ਮਰਜ਼ੀ ਫੜ ਲਓ, ਕੋਈ ਫਰਕ ਨਹੀਂ ਪੈਂਦਾ ਸਾਨੂੰ, ਸਾਨੂੰ ਕੋਈ ਉਜਰ ਨਹੀਂ ਹੈ ਉਸ ਮਾਮਲੇ ਦੇ ਵਿੱਚ। ਇੰਨਾ ਜ਼ਿਆਦਾ ਨਾਮਲੇਟ ਹੋ ਜਾਏਗੀ ਪੰਜਾਬ ਸਰਕਾਰ, ਮੈਨੂੰ ਨਹੀਂ ਸੀ ਲੱਗਦਾ ਇਸ ਮਾਮਲੇ 'ਚ। ਔਰ ਕੱਲ ਹੀ ਅਜੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਥੋੜ੍ਹਾ ਜਿਹਾ ਕਿਸੇ TV ਚੈਨਲ ਨਾਲ ਗੱਲਬਾਤ ਕਰਦੇ, ਦੁਬਾਰਾ ਆਪਣੀ ਗੱਲ ਦੁਹਰਾਤੀ, ਉਹ ਜਿਹੜੀ ਪਹਿਲਾਂ ਆਪਾਂ ਕਰਦੇ ਸੀ ਜਗਤਾਰ ਸਿੰਘ ਹੋਣਾਂ ਨੇ, ਉਹਨਾਂ ਨੇ ਕਿਹਾ ਵੀ ਮੈਂ ਗੱਲ ਵੀ ਕਰੂੰਗਾ, ਕਿਸਾਨਾਂ ਦੀਆਂ ਮੰਗਾਂ ਨੇ, ਉਹਨਾਂ ਦਾ ਵਾਜਬ ਹੱਕ ਹੈ ਉਹਨਾਂ ਨੂੰ ਬੈਠਣ ਦਾ, ਜੇ ਨਹੀਂ ਮੰਨਦੇ ਤਾਂ ਬੈਠਣ ਦੇਣ ਦੇ ਲਈ ਪੀਸਫੁਲ ਤਰੀਕੇ ਦੇ ਨਾਲ, ਇਹ ਜ਼ਰੂਰੀ ਹੈ। ਮਤਲਬ ਉਹ ਇਸ ਗੱਲ 'ਤੇ ਤਾਂ ਘੱਟੋ ਘੱਟ ਕਲੈਰਿਟੀ ਹੈ ਨਾ ਕਿ ਤੁਸੀਂ ਦਿੱਲੀ ਜਾਣ ਦਿਓ ਤੇ ਬੈਠੋ, ਤੇ ਸਾਡੇ ਚੀਫ ਮਿਨਿਸਟਰ ਤੇ ਇਹ ਕਿਉਂ ਨਹੀਂ ਇਹ ਗੱਲ ਕਰ ਰਹੇ ਬੈਠ ਕੇ ਵਿੱਚ, ਜਿਉਂ ਜਿਉਂ ਗੱਲਾਂ ਉਸ ਪੱਧਰ ਦੇ ਉੱਤੇ ਜਾਂਦੀਆਂ ਨੇ। ਔਰ ਇਹ ਗੌਰਮੈਂਟ ਦਾ ਵੀ ਬੜਾ ਵੱਡਾ ਰੋਲ ਹੁੰਦਾ ਸਟੇਟ ਦਾ, ਕਿਉਂਕਿ ਸਟੇਟ ਦੇ ਵਿੱਚ ਪੰਗਾ ਪਊਗਾ, ਕੱਲ੍ਹ ਨੂੰ ਇੱਥੇ ਬੈਠੇ ਰਹਿੰਦੇ ਨੇ ਲੰਬਾ ਸਮਾਂ, ਤਾਂ ਇਸੇ ਸਟੇਟ ਦਾ ਬਿਜ਼ਨਸ ਰੁਕੂਗਾ, ਇਸੇ ਸਟੇਟ ਦੀਆਂ ਜਿਹੜੀਆਂ ਚੀਜ਼ਾਂ ਨੇ ਆਦਾਨ ਪ੍ਰਦਾਨ ਇਹਦੇ ਤੇ ਔਖ ਆਏਗੀ, ਇਸੇ ਸਟੇਟ ਦੇ ਬੰਦੇ ਜਾ ਰਹੇ ਨੇ, ਜਿਹੜੀਆਂ 에ਅਰ ਟਿਕਟਾਂ ਨੇ ਉਹ 4-4 ਕਰੋੜਾਂ ਮਹਿੰਗੀਆਂ ਹੋ ਗਈਆਂ, ਔਰ ਹੋਰ ਟਿਕਟਾਂ ਵੀ ਮਹਿੰਗੀਆਂ ਹੋ ਜਾਣਗੀਆਂ, ਇਹ ਸਾਰਾ ਕੁਝ ਤਾਂ ਇਹ ਸਟੇਟ ਭੁਗਤੂਗੀ ਨਾ, ਔਰ ਉਹਦੇ ਤੇ ਕੋਈ ਪਬਲਿਕ ਸਟੈਂਡ ਨਹੀਂ ਹੈ। ਪਰ ਹਾਂ ਇਹਨਾਂ ਦਾ ਇਹ ਹੈ ਵੀ ਜੇ ਇਹ ਮੰਨ ਲੈਂਦੇ ਨੇ ਇਸੇ ਗੱਲ ਨੂੰ, ਕੱਲੀ ਇਸੇ ਨੂੰ ਤਾਂ ਨਹੀਂ ਮੰਨਣਾ ਪਊ, ਮਾੜੀਆਂ ਮੋਟੀਆਂ 2-4 ਹੋਰ ਕਰਾਉਣੀਆਂ ਪੈਣਗੀਆਂ ਨਾਲ, ਫਿਰ ਇਹ ਦੇਖਣਾ ਹੋਏਗਾ ਕਿ ਕੀ ਨੈਰੇਟਿਵ ਸਿਰਜਿਆ ਜਾਂਦਾ ਪੰਜਾਬ 'ਚ, ਕੀ ਲੀਡਰ ਵੱਡੇ ਐਕਸੈਪਟ ਹੋ ਜਾਣਗੇ ਇਹ ਪੰਜਾਬ ਦੇ ਵਿੱਚ ਦੂਜਿਆਂ ਦੇ ਨਾਲੋਂ ਵੀ, ਦੇਖੋ ਜੀ ਕੁਛ ਤਾਂ ਕਰਕੇ ਆਏ ਨੇ, ਜਾਂ ਕਲਗੀ ਲੈ ਜਾਊਗੀ ਜਿਹੜਾ ਥੋੜਾ ਜਿਹਾ ਜ਼ਿਆਦਾ ਟਰਾਈ ਕੀਤੀ ਫਟਾਫਟ ਕਰਕੇ ਕਿ ਆਪਣੇ ਨਾਲ ਆਪ ਹੀ ਆ ਜਾਣਗੇ, ਜਾਂ ਉਹ ਫਿਰ ਖੋ ਜੂਗਾ ਜਿਹੜਾ, ਔਰ ਆਵਾ ਜਿਹੜੀ ਹੁੰਦੀ ਹੈ ਉਹ ਕਈ ਵਾਰ ਖੋ ਵੀ ਜਾਂਦੀ ਹੈ। ਇਸ ਲਈ ਹੁਣ ਇਸ ਕਗਾਰ ਤੇ ਖੜ ਕੇ ਨੇ, ਡਿਸੀਜਨ ਸੌਖਾ ਨਹੀਂ ਹੋਏਗਾ ਇਸ ਲੀਡਰਸ਼ਿਪ ਦੇ ਵਾਸਤੇ, ਮਨਾ ਕਰਨ ਦਾ ਹੋਵੇ ਜਾਂ ਮਨਜ਼ੂਰ ਕਰਨ ਦਾ ਹੋਵੇ, ਇਹ ਦੋਨੋਂ ਪਾਸੇ ਤਿਲਕਣਬਾਜ਼ੀ ਹੈ।
ਇਹ ਬਹੁਤ ਇਹਦੇ ਤੋਂ ਸੰਜਮ ਨਾਲ ਕੀ ਨਿਕਲਦਾ ਹੈ ਦੋ ਅਗਲੇ 2 ਦਿਨ ਚ, ਇਹ ਬੜੇ ਕਰੂਸ਼ਲ ਹੋਣ। ਹੈ ਤਾਂ ਕ੍ਰੂਸ਼ਲ ਹੈ। ਜਦੋਂ ਕੱਲ ਐਸਕੇਐਮ ਨੇ ਐਲਾਨ ਕਰਤਾ ਵੀ ਅਸੀਂ ਨਾ ਤਾਂ ਖਨੌਰੀ ਜਾ ਰਹੇ ਹਾਂ ਤੇ ਨਾ ਸ਼ੰਭੂ ਜਾ ਰਹੇ ਹਾਂ, ਸਾਡਾ ਆਪਣਾ ਪ੍ਰੋਗਰਾਮ ਹੈ, ਸਾਡੀ ਸਹਿਮਤੀ ਹੈ ਸਾਰੀਆਂ ਮੰਗਾਂ ਨਾਲ, ਪਰ ਅਸੀਂ ਉਹ ਮੋਰਚੇ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ। ਦਿੱਲੀ ਚਲੋ ਵਾਲੀ ਮੰਗ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਵਖਰਾ ਲਿਆ ਤੇ ਹੁਣ ਸਥਿਤੀ ਸਾਰੀ ਦੀ ਸਾਰੀ ਭੰਦੇਰ ਡੱਲੇਵਾਲ ਸਾਹਿਬ ਤੇ ਆ ਗਈ ਵੀ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਕਿਵੇਂ ਅੱਗੇ ਵਧਾਉਣਾ। ਇਹ ਕਾਫੀ ਸੰਕਟਮਈ ਹੁੰਦੀ ਹੈ ਸਥਿਤੀ ਕਿ ਤੁਸੀਂ ਸਰਕਾਰ ਦੀ ਪ੍ਰਪੋਜ਼ਲ ਨੂੰ ਥੋੜਾ ਜਿਹਾ ਸੌਫਟ ਤਰੀਕੇ ਨਾਲ ਲੈ ਕੇ ਜੇ ਆਪਣੇ ਵਰਕਰਸ ਨੂੰ, ਆਪਣੇ ਨਾਲ ਚੱਲਣ ਵਾਲੇ ਸਾਥੀਆਂ ਨੂੰ ਕਨਵਿੰਸ ਕਰ ਲੈਂਦੇ ਹੋ ਕਿ ਘੱਟੋ ਘੱਟ ਅਸੀਂ ਦੂਜਿਆਂ ਦੇ ਮੁਕਾਬਲੇ ਕੁਝ ਮਨਾ ਤੇ ਲਿਆ, ਤੇ ਫਿਰ ਇਹਦੇ ਨਾਲ ਕੱਦ ਕਿੰਨਾ ਕੁ ਵੱਧਦਾ ਹੈ ਇਹ ਅਲੱਗ ਗੱਲ ਹੈ, ਲੇਕਿਨ ਦੂਜੀਆਂ ਜਥੇਬੰਦੀਆਂ ਸਮਾਨਾਂਤਰ ਕੀ ਇਹਦੇ ਲਈ ਆਣ ਕੇ ਲੜਾਈ ਨਹੀਂ ਸ਼ੁਰੂ ਕਰ ਦੇਣਗੀਆਂ? ਇਹ ਸਵਾਲ ਅਹਿਮ ਆ, ਇਹ ਹੁਣ ਦੇਖਿਆ ਜਾਣਾ ਹੈ ਕਿ ਅੱਜ ਦਿਨ ਵੇਲੇ ਐਸਕੇਐਮ ਜਾਂ ਉਗਰਾਹਾਂ ਜਾਂ ਬਾਕੀ ਜਿਹੜੀਆਂ ਟਕੈਤ ਵਰਗੀਆਂ ਪੰਜਾਬ ਤੋਂ ਬਾਹਰਲੀਆਂ ਧਿਰਾਂ ਨੇ ਉਹ ਇਹਦੇ ਤੇ ਕੀ ਤੇ ਕਿਵੇਂ ਰਿਐਕਟ ਕਰਦੀਆਂ ਨੇ, ਕਿਉਂਕਿ ਇਹ ਸਿੱਧਾ ਸੰਬੰਧ ਪੰਜਾਬ ਨਾਲ ਹੈ, ਡਾਇਵਰਸੀਫਿਕੇਸ਼ਨ ਦਾ ਸਿੱਧਾ ਸੰਬੰਧ ਪੰਜਾਬ ਨਾਲ ਹੈ। ਇਹਦਾ ਪੰਜਾਬ ਨੂੰ ਫਾਇਦਾ ਹੁੰਦਾ ਹੈ, ਜੇ ਬਹੁਤ ਵੱਡੇ ਪੈਕੇਜ ਦੇ ਵਿੱਚ ਕੁਛ ਆਉਂਦਾ ਹੈ ਤਾਂ ਉਹਦਾ ਫਾਇਦਾ ਹੁੰਦਾ ਹੈ, ਸਾਡੇ ਪਾਣੀ ਤੋਂ ਲੈ ਕੇ ਸਾਡੇ ਆਬੋ ਹਵਾ ਤੱਕ ਇਹ ਫਾਇਦਾ ਤਾਂ ਹੁੰਦਾ ਹੈ, ਪਰ ਇਹਦੇ 'ਚ ਨੀਅਤ ਕਿੰਨੀ ਸਾਫ਼ ਹੈ, ਇੰਪਲੀਮੈਂਟੇਸ਼ਨ ਵੇਲੇ ਕਿਸ ਤਰ੍ਹਾਂ ਦੀ ਤੁਸੀਂ ਨੀਤੀ ਲੈ ਕੇ ਆਉਂਦੇ ਹੋ, ਇਹ ਬੜਾ ਅਹਿਮ ਸਵਾਲ ਹੈ। ਇਹਨੇ ਅਗਲੇ ਦਿਨਾਂ ਦੇ ਵਿੱਚ ਕਾਫੀ ਵਿਸਤਾਰ ਲੈਣਾ। ਕੱਲ੍ਹ ਨਵਜੋਤ ਸਿੰਘ ਸਿੱਧੂ ਨੇ ਵੀ, ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਿਹਾ ਹੀ ਆ, ਉਹਨਾਂ ਦੇ ਪੁਰਾਣੇ ਸ਼ਰੀਕ ਨਵਜੋਤ ਸਿੰਘ ਸਿੱਧੂ ਨੇ ਵੀ ਕਿਸਾਨਾਂ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ, ਔਰ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਤੁਸੀਂ ਵੱਡੇ ਮਾਮਲੇ ਕਾਨੂੰਨੀ ਗਰੰਟੀ ਦੇ ਨਾਲ ਨਾਲ ਤੁਸੀਂ ਵਪਾਰ ਖੋਲਣ ਵਾਲੀ ਗੱਲ ਔਰ ਐਡਵਰਸੀਫਿਕੇਸ਼ਨ ਦੀ ਗੱਲ ਕੱਲ੍ਹ ਨਵਜੋਤ ਸਿੰਘ ਸਿੱਧੂ ਨੇ ਵੀ ਕੀਤੀ ਹੈ। ਅਸੀਂ ਇਹਦੇ ਉੱਤੇ ਨਜ਼ਰ ਬਣਾ ਕੇ ਰੱਖ ਰਹੇ ਹਾਂ। ਸਦਾ ਹਮੀਰ ਸਿੰਘ ਜੀ ਦਾ ਨਿੱਜੀ ਰਾਬਤਾ ਵੀ ਰਹਿੰਦਾ ਹੈ ਬਹੁਤ ਸਾਰੇ ਕਿਸਾਨੀ ਆਗੂਆਂ ਨਾਲ, ਔਰ ਜਿਹੜੀ ਕੋਈ ਡਿਵੈਲਪਮੈਂਟ ਹੁੰਦੀ ਆ ਉਹ ਸਟੇਟ ਦੀ ਫੇਵਰ 'ਚ ਆਮ ਲੋਕਾਂ ਦੀ ਜਿਹੜੀ ਕੋਈ ਨੁਕਸਾਨ ਨਾ ਹੋਵੇ, ਸ਼ਾਂਤੀ ਬਣੀ ਰਹੇ, ਚੀਜ਼ਾਂ ਉਵੇਂ ਅੱਗੇ ਵੱਧਦੀਆਂ ਰਹਿਣ, ਇਹੀ ਸਭ ਦੀ ਇੱਛਾ ਹੁੰਦੀ ਹੈ। ਲੇਕਿਨ ਜੇ ਕੋਈ ਸ਼ਾਂਤਮਈ ਅੰਦੋਲਨ ਹੈ ਤੇ ਉਹਦਾ ਉਸ ਧਿਰ ਨੂੰ ਫਾਇਦਾ ਵੀ ਹੋਵੇ, ਕਿਸਾਨੀ ਕਿਉਂਕਿ ਬਹੁਤ ਮੁਸ਼ਕਲ ਦੌਰ ਚੋਂ ਲੰਘ ਰਹੀ ਹੈ, ਜੇ ਉਹਨੂੰ ਕੋਈ ਸਾਹ ਮਿਲ ਜੇ ਨਿਰਖਲ ਪੰਜਾਬ ਵੀ ਖੜਾ ਹੋ ਜਾਊਗਾ ਉਹਦੇ ਨਾਲ, ਤੇ ਇਹੀ ਸਾਰੇ ਸੁੱਖ ਮੰਗਦੇ ਆ। ਸਾਹਮੀਰ ਸਿੰਘ ਜੀ, ਜਦੋਂ ਅਸੀਂ ਇਸ ਅੰਦੋਲਨ ਦੇ ਵਿੱਚੋਂ ਦੀ ਪੋਲਿਟਿਕਸ ਨੂੰ ਦੇਖਦੇ ਆ ਨਾ, ਐਨਕ ਤਾਂ ਕਰਕੇ ਜਾਂ ਠਾਂ ਕਰਕੇ, ਤਾਂ ਕਾਫੀ ਕੁਝ ਤਬਦੀਲ ਹੋ ਗਿਆ, ਕਾਫੀ ਚੀਜ਼ਾਂ ਚੇਂਜ ਕਰਤੀਆਂ ਕਿਸਾਨੀ ਦੇ ਇਸ ਹੰਬਲੇ ਨੇ। ਇੰਝ ਲੱਗਦਾ ਸੀ ਜਿਵੇਂ ਸਿੱਧਾ ਸਪਾਟ ਜਿਹਾ ਰੂਟ ਸੀਗਾ ਬਈ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਤੇ ਅਕਾਲੀ, ਮਤਲਬ ਇਹ ਧਿਰਾਂ ਜੀਆਂ ਸਾਫ਼ ਦਿਸਦੀਆਂ ਸੀ, ਨੀਤੀ ਵੀ ਸਾਫ਼ ਦਿਸਦੀ ਸੀ, ਅਕਾਲੀਆਂ ਨੇ ਵੀ ਆਪਣੇ ਆਪ ਨੂੰ ਸਿੱਖ ਮੁੱਦਿਆਂ ਦੇ ਉੱਤੇ ਲੈਂਦਾ ਸੀਗਾ, ਤੇ ਬੀਜੇਪੀ ਵੀ ਨੇ ਵੀ ਆਪਣੇ ਆਪ ਨੂੰ ਬੜਾ ਸਟਰੀਕ ਸ਼ਹਿਰੀ ਬੋਰਡ ਤੱਕ ਧਰੁਵੀਕਰਨ ਵਾਲੇ ਪਾਸੇ ਉਹ ਲੈ ਹੀ ਗਏ ਸੀ, ਇਹਦੇ ਚ ਕੋਈ ਦੋਰਾਵਾਂ ਨਹੀਂ। ਉਹਨਾਂ 2 ਦਿਨ ਦੀ ਜਿਹੜੀ ਕਨਵੈਨਸ਼ਨ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਬੜਾ ਸਾਫ਼ ਕਰਤੀਆਂ ਚੀਜ਼ਾਂ। ਲੇਕਿਨ ਹੁਣ ਜਿਹੜੀ ਨਵੀਂ ਤਾਜ਼ਾ ਸਥਿਤੀ ਹੈ ਇਹਦੇ ਵਿੱਚ ਕੇਜਰੀਵਾਲ ਦੇ ਬਿਆਨ ਨੇ ਔਰ ਖੜਗੇ ਸਾਹਿਬ ਦੀ ਹਾਜ਼ਰੀ 'ਚ ਦਿੱਤੇ ਬਿਆਨ ਨੇ ਪੰਜਾਬ ਦੀ ਜਨਤਾ ਦੇ ਮਨ ਦੇ ਉੱਤੇ ਕੀ ਅਸਰ ਪਾਇਆ ਹੋਊਗਾ? ਬਈ ਅਸੀਂ ਕੋਈ ਮਤਭੇਦ ਵਿੱਚ ਨਹੀਂ ਗੇ, ਸਾਡੀ ਆਪਸੀ ਸਹਿਮਤੀ ਹੈ ਵੀ ਅਸੀਂ ਪੰਜਾਬ ਦੇ ਵਿੱਚ ਵੱਖੋ ਵੱਖ ਲੜਨਾ, ਤੇ ਫਿਰ ਵੱਖੋ ਵੱਖ ਲੜਨਾ ਕਿਵੇਂ ਜੇ ਸਹਿਮਤੀ ਨਾਲ ਲੜਨਾ? ਮੈਨੂੰ ਇਸ ਗੱਲ ਦੇ ਵਿੱਚ ਇਹ ਦੋਵੇਂ ਧਿਰਾਂ ਇੱਕੋ ਹੀ ਸਟੇਟਮੈਂਟ ਨਾਲ ਲੀਓ ਲੈਂਦੀਆਂ ਦਿਸਦੀਆਂ ਨੇ, ਜੇ ਪੰਜਾਬੀ ਸੋਚਦੇ ਹੋਣਗੇ ਇਹਦੇ ਉੱਤੇ। ਔਰ ਅੱਜ ਕੱਲ੍ਹ ਜਦੋਂ ਲੋਕ ਬੈਠਦੇ ਨੇ ਟਰਾਲੀਆਂ 'ਚ ਬੈਠਦੇ ਨੇ, ਹਜ਼ਾਰਾਂ ਦੀ ਤਾਦਾਦ ਹੈ ਜਿਹੜੇ ਘਰਾਂ 'ਚ ਵੀ ਬੈਠੇ, ਉਹ ਵੀ ਪੋਲੀਟਿਕਸ ਹੀ ਸੋਚ ਰਹੇ ਨੇ, ਕੀ ਤੁਸੀਂ ਇਹਨੂੰ ਸਮਝ ਰਹੇ ਹੋ? ਇਹ ਲੋਕਾਂ ਦੇ ਬ੍ਰੇਨ ਨਾਲ ਖੇਡ ਕੇ ਤੁਸੀਂ ਅੱਗੇ ਵੱਧ ਸਕਦੇ ਹੋ? ਇਹ ਨੂਰਾ ਕੁਸ਼ਤੀ ਸਮਝ ਨਹੀਂ ਆਊਗੀ ਜੇ ਤੁਸੀਂ ਸਾਫ਼ ਹੀ ਦੱਸ ਰਹੇ ਹੋ ਵੀ ਅਸੀਂ ਇੰਜ ਕਰ ਰਹੇ ਹਾਂ।
ਹਾਂ ਬਿਲਕੁਲ, ਇਹਦੇ ਤੋਂ ਪਹਿਲਾਂ ਮੈਂ ਇੱਕ ਗੱਲ ਕਿਸਾਨੀ ਉਹਦੇ ਵਾਲੇ ਹੀ ਕਰਨਾ ਚਾਹੁੰਦਾ ਵੀ ਜਿਹੜੀ ਹੋਰ ਗੱਲ ਹੋ ਸਕਦੀ ਸੀ ਜਿਹੜੀ ਬਿਲਕੁਲ ਕਿਉਂ ਨਹੀਂ ਹੋਈ, ਗਵਰਨਮੈਂਟ ਆਫ ਜੀ ਇੰਡੀਆ ਉਹ ਸਟੈਂਡ ਲੈ ਰਹੀ ਹੈ ਇੱਕ ਲੈਵਲ ਦਾ ਹਜੇ ਤੱਕ, 26 ਤੋਂ 29 ਨਵੰਬਰ ਤੱਕ WTO ਦੀ ਆਬੂ ਧਾਬੀ ਚ ਮਿਨਿਸਟਰੀਅਲ ਕਾਨਫਰੰਸ ਹੈ, ਹਰ 2 ਸਾਲ ਬਾਅਦ ਹੁੰਦੀ ਹੈ, ਹਾਈਐਸਟ ਡਿਸੀਜਨ ਮੇਕਿੰਗ ਬਾਡੀ ਹੈ। ਇਹਨਾਂ ਦੀ ਡਿਮਾਂਡ ਹੈ ਕਿ ਖੇਤੀ ਦੇ ਮੁੱਦੇ ਤੇ ਘੱਟੋ ਘੱਟ ਤੁਸੀਂ ਬਾਹਰ ਆ ਜਾਓ WTO, ਔਰ ਇਹੀ ਸਟੈਂਡ ਗਵਰਨਮੈਂਟ ਆਫ ਇੰਡੀਆ ਦਾ ਲਿਆ ਹੋਇਆ, ਉਹ ਅਫੋਰਡ ਹੀ ਨਹੀਂ ਕਰ ਸਕਦੀ, ਜਿਹਦੇ ਚ ਉਹ ਕਹਿੰਦੇ ਨੇ MSP ਤੁਸੀਂ ਨਹੀਂ ਖਰੀਦ ਸਕਦੇ, MSP ਤੇ ਆਹ ਚੀਜ਼ਾਂ ਤੇ ਨਹੀਂ ਖਰੀਦ ਸਕਦੇ, PDS ਵੀ ਤੁਸੀਂ ਇਦੋਂ ਜ਼ਿਆਦਾ ਨਹੀਂ ਲੈ ਸਕਦੇ, ਟੋਟਲ ਵੈਲਿਊ ਕਾਸਟ ਦਾ 10% ਤੋਂ ਜ਼ਿਆਦਾ ਤੁਸੀਂ ਸਬਸਿਡਾਈਜ਼ ਨਹੀਂ ਕਰ ਸਕਦੇ, ਉਹ ਸਾਰੀਆਂ ਚੀਜ਼ਾਂ ਨੇ, ਬਲਕਿ ਕਿਸੇ ਨੁਕਤੇ ਤੇ ਤਾਂ ਸਾਂਝੀ ਰਾਏ ਵੀ ਬਣ ਸਕਦੀ ਹੈ ਪੂਰੇ ਕੰਟਰੀ ਦੇ ਫਾਰਮਰ ਦੀ ਵੀ ਔਰ ਗਵਰਨਮੈਂਟ ਦੀ ਵੀ, ਦੋਨੋਂ ਝੰਡੇ ਚ ਲੈ ਕੇ ਕਿ ਹਾਂ WTO ਤੇ ਅਸੀਂ, ਬਾਕੀ 33 ਕੰਟਰੀ ਹੋਰ ਨਾਲ ਨੇ, ਇੱਕ ਗਲੋਬਲ ਡਿਬੇਟ ਬਣਦੀ ਹੈ ਸਾਰੇ ਮਾਮਲੇ ਚ। ਇਸ ਨੈਗੋਸ਼ੀਏਸ਼ਨ ਚ ਮੈਨੂੰ ਲੱਗਦਾ ਹੈ ਪਿਊਸ਼ ਗੋਇਲ ਉਹਨਾਂ ਨੇ ਜਾਣਾ ਹੈ, ਤਾਂ ਬਾਕੀ ਇੱਥੇ ਕਿਉਂ ਨਹੀਂ ਗੱਲ ਕਰਦੇ ਭਾਈ, ਅਸੀਂ ਇਹ ਵੀ ਕਰ ਰਹੇ ਹਾਂ ਇੱਕ ਗੱਲ, ਇਹਦਾ ਜੀ ਮਤਲਬ ਕੋਈ ਦਾ ਸ਼ੇਰਾ ਉਹ ਕਿਸਾਨਾਂ ਨੂੰ ਜਾਂ ਉਸ ਲੈਵਲ ਤੇ ਨਹੀਂ ਦੇਣਾ ਚਾਹੁੰਦੇ ਕਿਸੇ ਵੀ ਰੂਪ ਚ, ਵੀ ਤੁਹਾਡੇ ਦਬਾਅ ਦਾ ਵੀ ਰੋਲ ਹੈ ਤੇ ਅਸੀਂ ਇਸ ਗੱਲ ਨੂੰ ਕੁਛ ਨਾ ਕੁਛ ਕਰ ਰਹੇ ਹਾਂ, ਦੇਖ ਰਹੇ ਹਾਂ। ਜਿਹੜੀ ਪੋਲੀਟੀਕਲ ਸੈਟਅਪ ਹੈ ਦੂਸਰੇ ਪਾਸੇ ਦਾ, ਉਹ ਬਿਲਕੁਲ ਇਹ ਹੈ ਕਿ ਜਿਵੇਂ ਰਾਜਨੀਤੀ ਦੇ ਬਾਰੇ ਚ ਨਾ ਅੱਜ ਕੱਲ੍ਹ ਚੰਗੀਆਂ ਚੰਗੇ ਜਿਹੀਆਂ ਇੱਕ ਗੱਲਾਂ ਕਰਦੀਆਂ ਨੇ ਵੀ ਇਹ ਸੰਭਾਵਨਾਵਾਂ ਦਾ, ਹਾਂ ਮੈਨੂੰ ਲੱਗਦਾ ਹੈ ਜੀ, ਇਸ ਤਰ੍ਹਾਂ ਕਿਸੇ ਰੂਪ ਦੇ ਵਿੱਚ, ਔਰ ਉਹ ਪੋਜ਼ਿਟਿਵਿਟੀ ਦੇ ਵਿੱਚੋਂ ਹੁਣ, ਇਦੋਂ ਪਹਿਲਾਂ ਤੱਕ ਤਾਂ ਕਹਿੰਦੇ ਰਹੇ ਹਾਈ ਕਮਾਂਡ ਹੈ ਜੀ ਉਹ ਦੇਖੂਗੀ ਫਾਈਨਲ, ਹੁਣ ਹਾਈ ਕਮਾਂਡ ਹੀ ਬੋਲਣ ਲੱਗੀ ਹੈ ਦੋਨਾਂ ਦੀ ਅਸਲ ਦੇ ਵਿੱਚ, ਔਰ ਉਹ ਕਮਾਂਡ ਦੇ ਇਹ ਕਿਹਾ ਪਹਿਲਾਂ ਅਰਵਿੰਦ ਕੇਜਰੀਵਾਲ ਉਹਨਾਂ ਨੇ ਇਕੱਲਿਆਂ ਕਿਹਾ ਸੀਗਾ, ਹੁਣ ਉਹਨਾਂ ਨੇ ਇਹ ਕਹਿਤਾ ਵੀ ਕਾਂਗਰਸ ਵੀ ਇਹੀ ਕਹਿੰਦੀ ਹੈ, ਸਾਡੀ ਦੋਨਾਂ ਦੀ ਇਹ ਰਾਏ ਆ ਅਸਲ ਦੇ ਵਿੱਚ, ਔਰ ਬਿਲਕੁਲ ਇਹ ਦੋਨਾਂ ਦੀ ਹੋਏਗੀ, ਨਹੀਂ ਤਾਂ ਇਹ ਰੌਲਾ ਪੈ ਜਾਂਦਾ, ਨਹੀਂ ਕਾਂਗਰਸ ਕੁਛ ਹੋਰ ਕਹਿ ਦਿੰਦੀ ਇਦੋਂ ਪਹਿਲਾਂ ਮੇਰੇ ਖਿਆਲ ਜੇ ਦੋਨਾਂ ਦੀ ਰਾਏ ਨਾ ਹੋਵੇ, ਕਿਉਂਕਿ ਦੋਨਾਂ ਦੇ ਕਾਡਰ ਕਹਿੰਦਾ ਰਿਹਾ, ਖਾਸ ਤੌਰ ਤੇ ਕਾਂਗਰਸ ਦਾ ਕੈਡਰ ਇਹ ਕਹਿੰਦਾ ਰਿਹਾ ਵੀ ਆਪਾਂ ਮੇਨ ਆਪੋਜੀਸ਼ਨ ਆ ਤੇ ਜੇ ਆਪਾਂ ਨਾਲ ਲੜ ਗਏ ਲੋਕ ਕੀ ਕਹਿਣਗੇ, ਤੁਸੀਂ ਇਕੱਠੇ ਕਿਵੇਂ ਹੋਗੇ, ਫਲਾਨਾ ਹੋਗੇ, ਮਾੜਾ ਜਿਹਾ ਲੋਕਾਂ ਨੂੰ ਐਂ ਤਾਂ ਲੱਗੇ ਕਿ ਅਲੱਗ ਅਲੱਗ ਹੈਗੇ ਆ, ਪਰ ਇਹਦੇ ਪਿੱਛੇ ਧਾਰਨਾ ਹੋਰ ਹੈ ਮੇਰੇ ਖਿਆਲ ਜ਼ਿਆਦਾ, ਇਦੋਂ ਵੀ ਜ਼ਿਆਦਾ ਧਾਰਨਾ ਇਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਲੱਗਦਾ ਵੀ ਉਹਨਾਂ ਦੇ ਖਿਲਾਫ਼ ਵੀ ਐਂਟੀ ਇਨਕੰਬੈਂਸੀ ਕਾਫ਼ੀ ਹੈ, ਜੀ ਜਿਹੜੀ ਐਂਟੀ ਇਨਕੰਬੈਂਸੀ ਹੈ ਤੇ ਜੇ ਦੋਨੋਂ ਰਲ ਜਾਂਦੇ ਨੇ ਤੇ ਸਾਂਝੀ ਬਣ ਜਾਊਗੀ ਐਂਟੀ ਇਨਕੰਬੈਂਸੀ, ਦੋਨਾਂ ਨੂੰ ਤਾਂ ਕਹਿਣਗੇ ਵੀ ਇਹ ਤਾਂ ਦੋਨੋਂ ਮਿਲ ਗਏ ਜੀ ਅਪੋਜੀਸ਼ਨ ਤੇ, ਤਾਂ ਉਹ ਕਿਸੇ ਤੀਜੇ ਨੂੰ ਚਲੇ ਜਾਏਗੀ, ਜਾਂ ਅਕਾਲੀਆਂ ਨੂੰ ਜਾਏਗੀ, ਜਾਂ ਅਕਾਲੀ ਬੀਜੇਪੀ ਅਲਾਇੰਸ ਹੋ ਜਾਂਦਾ ਉਹਨੂੰ ਜਾਂਦੀ, ਹੋਰ ਤਾਂ ਕੋਈ ਧਿਰ ਨਹੀਂ ਸੀ, ਤਾਂ ਜੇ ਉਹ ਬਾਇਨਰੀ ਦੇ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਜ਼ਿਆਦਾ ਨਜ਼ਰ ਆਉਂਦੀ ਸੀ, ਤੇ ਹੁਣ ਉਹਨਾਂ ਨੂੰ ਲੱਗਦਾ ਵੀ ਕੋਈ ਗੱਲ ਨੀ ਸਾਡੇ ਤੋਂ ਨਾਰਾਜ਼ ਤੁਹਾਡੇ ਵੱਲ ਵਗ ਜਾਣ, ਤੁਹਾਡੇ ਵਾਲੇ ਕੁਛ ਸਾਡੇ ਨਾਲ ਵੀ ਆ ਜਾਣ, ਤੇ ਅਕਾਲੀ ਦਲ ਦਾ ਹਜੇ ਕੋਈ ਬਣ ਨਹੀਂ ਪਾ ਰਿਹਾ, ਕਿਉਂਕਿ ਜਿਹੜੇ ਨਵੇਂ ਮੁੱਦੇ ਆ ਰਹੇ ਨੇ, ਜਿਹੜਾ ਅਲਾਇੰਸ ਨੇੜੇ ਲੱਗਦਾ ਜਾਂਦਾ ਹੈ ਉਹ ਜਿਵੇਂ ਇੱਕ ਕਦਮ ਅੱਗੇ 2 ਕਦਮ ਪਿੱਛੇ ਵਾਲਾ ਹਾਲ ਹੋ ਜਾਂਦਾ, ਵੀ ਥੋੜਾ ਜਿਹਾ ਅੱਗੇ ਨੂੰ ਵੱਧਦਾ ਹੈ ਕੋਈ ਨਵਾਂ ਬੁੱਧਾ ਆ ਜਾਂਦਾ, ਪਹਿਲਾਂ ਜਥੇਦਾਰ ਕੌਂਕੇ ਵਾਲਾ ਆ ਗਿਆ ਤੇ ਹੁਣ ਕਿਸਾਨ ਅੰਦੋਲਨ ਆ ਗਿਆ, ਪਹਿਲਾਂ ਵਾਲਾ ਕਿਸਾਨ ਅੰਦੋਲਨ ਨੇ ਕੰਨਾਂ ਨੂੰ ਹੱਥ ਲਵਾਏ ਹੋਏ ਨੇ ਅਕਾਲੀ ਦਲ ਨੂੰ, ਤਾਂ ਖਾਸ ਤੌਰ ਤੇ BJP ਦੀ ਸਰਗਰਮੀ ਠੱਪ ਦਿਖਾਈ ਦੇ ਰਹੀ ਹੈ ਸੂਬੇ 'ਚ, ਆਪਾਂ ਦੇਖ ਰਹੇ ਹਾਂ ਜਿਸ ਲੈਵਲ ਦੀ ਵੀ ਹੈ, ਕਿਉਂਕਿ BJP ਵੀ ਪਹਿਲਾਂ ਥੋੜੀ ਜਿਹੀ ਉੱਭਰਨ ਲੱਗੀ ਸੀ ਇਸ ਮਾਮਲੇ ਦੇ ਵਿੱਚ, ਔਰ ਪਿੰਡਾਂ 'ਚ ਵੀ ਜਾਣ ਲੱਗੀ ਸੀ ਕਿਸੇ ਨਾ ਕਿਸੇ ਰੂਪ, ਪਰ ਪੰਜਾਬ ਇਹੋ ਜਿਹੀ ਵਲਨਰੇਬਲ ਸਿਚੁਏਸ਼ਨ 'ਚ ਹੈ, ਬੇਚੈਨੀ ਦੇ ਆਲਮ 'ਚ ਹੈ, ਪਤਾ ਨਹੀਂ ਕਿੱਧਰ ਨੂੰ ਝੁਕਦਾ ਕੀ ਹੁੰਦਾ, ਤੇ ਇਸ ਕਰਕੇ ਪੋਲੀਟੀਕਲ ਲੀਡਰਸ਼ਿਪ ਵੀ ਹੁਣ ਉਹਦੀ ਨਬਜ਼ ਤੇ ਹੱਥ ਨਹੀਂ ਰਿਹਾ ਲੋਕਾਂ ਦੀ ਤੇ, ਕਿਉਂਕਿ ਉਹ ਲੋਕਾਂ ਨਾਲੋਂ ਦੂਰ ਹੀ ਬਣਾ ਕੇ ਚੱਲ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਆਪਣੇ ਕੇਡਰ ਦੀ ਭਾਵਨਾਵਾਂ ਨੂੰ ਨਾ ਸੁਣਦੇ ਨੇ ਤੇ ਨਾ ਉਹ ਤੇ ਅਮਲ ਕਰਦੇ ਨੇ, ਇਸੇ ਕਰਕੇ ਉਹਨਾਂ ਨੂੰ ਵਾਰ ਵਾਰ ਬਦਲਣਾ ਪੈਂਦਾ, ਆਪਣੇ ਫੈਸਲੇ ਬਦਲਣੇ ਪੈਂਦੇ ਨੇ ਉਸ ਪੱਧਰ ਦੇ ਉੱਤੇ, ਹੁਣ ਪੰਜਾਬੀਆਂ ਲਈ ਵੀ ਇਹ ਤਾਂ ਝੋਲਾ ਹੀ ਹੋਏਗਾ ਕਿ ਉਹ ਕਰਨਗੇ ਕੀ, ਇਹ ਜਿਹੜੀ ਕੁਸ਼ਤੀ ਹੈ ਅੱਗੇ ਮਤਲਬ ਆਮ ਆਦਮੀ ਪਾਰਟੀ ਤੇ ਕਾਂਗਰਸ ਹੀ ਲੜਨਗੇ, ਇਦੋਂ ਪਹਿਲਾਂ ਵੀ ਇਹ ਹੁੰਦਾ ਰਿਹਾ ਕਈ ਵਾਰ,
ਜੇ ਸਮਝੌਤਾ ਨਹੀਂ ਸੀ ਹੁੰਦਾ ਉਹ ਕਹਿੰਦੇ ਜੀ ਇੱਥੇ ਸਾਡੀ ਆਹ 2 ਸੀਟਾਂ ਤੇ ਦੋਸਤਾਂ ਨਾਲ ਲੜਾਈ ਹੈ, ਬਾਕੀ ਜਗ੍ਹਾ ਰੀਅਲ ਲੜਾਈ ਹੈ। ਹੁਣ ਇਹਨਾਂ ਦੀ ਦੋਸਤਾਂ ਨਾਲ ਲੜਾਈ 13 ਤੇ ਹੋਏਗੀ ਜਾਂ 5, 6, 7 ਅੰਦਰ ਖਾਤੇ ਸਮਝੌਤਾ ਹੋ ਕੇ, ਥੋੜੀ ਜਿਹੀ ਜਗ੍ਹਾ ਤੁਸੀਂ 20 ਕੈਂਡੀਡੇਟ ਖੜੇ ਕਰ ਲਓ, ਥੋੜੀ ਜਿਹੀ ਜਗ੍ਹਾ। ਪੋਲੀਟੀਸ਼ਨ ਇਹ ਵੀ ਕਰਦਾ ਰਿਹਾ ਹਮੇਸ਼ਾ, ਇਹੋ ਜਿਹੇ ਟ੍ਰਿਕ ਵੀ ਕੋਈ ਬਹੁਤ ਔਖੀ ਗੱਲ ਨਹੀਂ, ਪਰ ਜਦੋਂ ਕੈਂਡੀਡੇਟ ਸਾਹਮਣੇ ਆਉਣਗੇ ਇਹ ਪਤਾ ਉਦੋਂ ਲੱਗੂ। ਇਹ ਕਾਫੀ ਲੋਕਾਂ ਨੂੰ ਸਮਝਾਉਣਾ ਔਖਾ ਹੋ ਜਾਊਗਾ ਸਿਆਸੀ ਪਾਰਟੀਆਂ ਦੇ ਥੱਲੇ ਦੇ ਆਗੂਆਂ ਵੱਲੋਂ ਵੀ ਅਸੀਂ ਨਹੀਂ, ਅਸੀਂ ਸਹੀ ਲੜਾਈ ਲੜ ਰਹੇ ਹਾਂ, ਅਸੀਂ ਇੱਕ ਦੂਜੇ ਨਾਲ ਸਹਿਮਤ ਨਹੀਂ। ਇਹ ਚੀਜ਼ਾਂ ਕਾਫੀ ਦੇਰ ਤੱਕ ਸਮਝਾਉਣੀਆਂ ਪੈਣਗੀਆਂ ਔਰ ਵਿਰੋਧੀ ਹਮਲਾ ਵੀ ਇਹੀ ਕਰਨਗੇ ਕਿ ਇਹ ਕਾਹਦੀ ਲੜਾਈ ਹੈ। ਐਕਚੁਅਲੀ ਅਕਾਲੀ ਦਲ ਜੇਕਰ ਪੂਰੇ ਵਜਕੇ ਨਾਲ ਲੜੇ, ਜੇਕਰ ਉਹ ਆਪਣੇ ਸਿਧਾਂਤ ਤੇ ਕਾਇਮ ਰਹਿ ਕੇ ਲੜਾਈ ਲੜਦਾ ਤੇ ਉਹ ਇਹਨਾਂ ਨੂੰ ਐਕਸਪੋਜ ਕਰ ਸਕਦਾ ਸੀ, ਕਿਉਂਕਿ ਮੁੱਖ ਵਿਰੋਧੀ ਫਿਰ ਉਹੀ ਲੜੇਗਾ। ਜੇਕਰ ਕੇਜਰੀਵਾਲ ਸਾਹਿਬ ਦੀ ਇਹ ਸਟੇਟਮੈਂਟ ਕਿ ਸਾਡੇ ਚ ਕੁਛ ਵੀ ਮਤਭੇਦ ਨਹੀਂ, ਇਹ ਤਾਂ ਸਾਡੀ ਸਹਿਮਤੀ ਹੈ ਕਿ ਅਸੀਂ ਇਕੱਠੇ ਲੜ ਰਹੇ ਹਾਂ, ਇਸ ਇੱਕ ਲਾਈਨ ਨੂੰ ਹੀ ਤੁਸੀਂ ਪੂਰੀ ਇਲੈਕਸ਼ਨ ਕੰਪੇਨ ਦੇ ਵਿੱਚ ਘੁਮਾਈ ਜਾਓ, ਦੂਜੀ ਤਾਂ ਕੋਈ ਸਟੇਟਮੈਂਟ ਦੀ ਲੋੜ ਹੀ ਹੈ ਨਹੀਂ। ਔਰ ਇਹੀ ਚੀਜ਼ ਜਿਹੜੀ ਹੈ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਫੇਵਰ ਕਰ ਸਕਦੀ ਹੈ ਮੁੱਖ ਵਿਰੋਧੀ ਧਿਰ ਅਕਾਲੀ ਦਲ ਨੂੰ। ਹੁਣ ਇਹ ਦੋਵੇਂ ਇਕੱਠੇ ਹੋ ਗਏ, ਇਹ ਵੱਖਰੇ ਹੋ ਕੇ ਵੀ ਇਕੱਠੇ ਦਿਸਣਗੇ। ਸੋ ਪੰਜਾਬ ਦੇ ਲੋਕ ਹੁਣ ਇਸੇ ਗੱਲ ਦੇ ਉੱਤੇ, ਇਸੇ ਮੈਨੂੰ ਲੱਗਦਾ ਅੱਜ ਦਿਨ ਭਰ ਦੇ ਵਿੱਚ ਇੱਥੋਂ ਬਹਿਸਾਂ ਸ਼ੁਰੂ ਹੋਣਗੀਆਂ ਕਿ ਇਹ ਤਾਂ ਇਕੱਠੇ ਨੇ, ਹੁਣ ਇਹਨਾਂ ਦੇ ਇਕੱਠੇ ਹੋਣ ਦਾ ਸੰਬੰਧ ਚੰਡੀਗੜ੍ਹ ਤੋਂ ਤੁਰਿਆ। ਚੰਡੀਗੜ੍ਹ ਦੇ ਵਿੱਚ ਇਕੱਠੇ ਹੋ ਕੇ ਵੀ ਮੈਨੂੰ ਲੱਗਦਾ ਜਿੱਤੀ ਹੋਈ ਬਾਜੀ ਇੱਕ ਤਰ੍ਹਾਂ ਨਾਲ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜਿੱਤ ਵੱਲ ਵੱਧ ਰਹੀ ਸੀ, 3 ਬੰਦੇ ਚਲੇ ਗਏ, ਉਹ ਹਾਰ ਗਈ। ਤੁਹਾਡਾ ਕੰਟਰੋਲ ਤੁਹਾਡੇ ਬੰਦਿਆਂ ਤੇ, ਜਿਹਨਾਂ ਨੂੰ ਤੁਸੀਂ ਟਿਕਟਾਂ ਦਿੰਦੇ ਹੋ ਉਹਨਾਂ ਦੀ ਕੋਈ ਅਸੂਲ ਪ੍ਰਸਤੀ, ਅਖਲਾਕ, ਨੈਤਿਕਤਾ ਕੋਈ, ਉਹ ਖਤਮ ਹੀ ਹੋ ਗਈ। ਤੁਸੀਂ ਕਿਸੇ ਇੱਕ ਨੂੰ ਫੜਦੇ ਹੋ ਜਿੱਦਾਂ ਉਹ ਡੱਡੂਆ ਦੀ ਪੰਸੇਰੀ, ਇੱਕ ਨੂੰ ਫੜਦੇ 3 ਵਾਰ, 3 ਲਿਆਉਂਦੇ ਹੋ 5 ਵਾਰ। ਸੋ ਇਹ ਜਿਹੜੀ ਸਥਿਤੀ ਬਣੀ ਹੋਈ ਆ ਚੰਡੀਗੜ੍ਹ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਉਧਰਲੇ ਬੰਨੇ ਮੇਅਰ ਅਸਤੀਫਾ ਦਿੰਦਾ, ਲੇਕਿਨ ਮੇਅਰ ਨੂੰ ਪਤਾ ਹੈ ਕਿ ਹੁਣ ਤੇ ਹੋਰ ਸਾਡੇ ਕੋਲ ਵੋਟਾਂ, ਹੁਣ ਤਾਂ ਪੱਕੀ ਜਿੱਤ ਆ ਗਈ। ਸੋ ਇੱਕ ਤਾਂ ਇਹਨਾਂ ਨੂੰ ਸਮਾਂ ਪਿਛਲੇ ਸਮੇਂ 'ਚ ਮਿਲ ਗਿਆ, ਬੀਜੇਪੀ ਗੇਮ ਜਿਹੜੀ ਖੇਡ ਰਹੀ ਆ ਇਹਨੂੰ ਤੁਸੀਂ ਭਾਵੇਂ ਸਿਆਸਤ ਜਾਂ ਅਖਲਾਕ ਦੇ ਨਜ਼ਰੀਏ ਤੋਂ ਜਾਂ ਕੋਈ ਪੋਲੀਟੀਕਲ ਨੈਤਿਕਤਾ ਜੇ ਕੋਈ ਹੁੰਦੀ ਆ ਉਹਦੇ ਨਜ਼ਰੀਏ, ਤਾਂ ਤੁਸੀਂ ਇਹਨੂੰ ਬਿਲਕੁਲ ਘਟੀਆ ਗੇਮ ਵੀ ਕਹਿ ਸਕਦੇ ਹੋ ਕਿ ਬੰਦੇ ਤੋੜ ਲਓ, ਜਿੱਤਿਆ ਕੋਈ ਕਿਸੇ ਵੱਲੋਂ, ਫਤਵਾ ਕਿਸੇ ਨੂੰ ਮਿਲਿਆ, ਲੋਕਾਂ ਨੇ ਡਿਸੀਜਨ ਕੋਈ ਲਿਆ, ਤੁਸੀਂ ਉਹਨੂੰ ਉਲਟ ਦਿੰਦੇ ਹੋ। ਪਰ ਇਹੀ ਤਾਂ ਸਿਆਸਤ ਵੀ ਆ, ਇਹ ਸਿਆਸਤ ਦੇ ਵਿੱਚ ਇਹ ਪਾਰਟੀਆਂ ਲਗਭਗ ਫੇਲ ਹੋ ਰਹੀਆਂ ਨੇ। ਇਹਦੇ 'ਚ ਇੱਕ ਐਂਗਲ ਇਹ ਵੀ, ਇੱਕ ਹੁਣ ਆਮ ਤੌਰ 'ਤੇ ਕਿਹਾ ਜਾਂਦਾ ਤਕੜੇ ਦਾ 30-20 100, ਉਹਨਾਂ ਕੋਲ ਪੈਸੇ ਬੜੇ ਆ, ਉਹਨਾਂ ਕੋਲ ਬਹੁਤ ਸਾਰੀ ਤਾਕਤ ਹੈ, ਉਹ ਕਿਸੇ ਨੂੰ ਵੀ ਸਨੱਬ ਕਰ ਸਕਦੇ। ਪਰ ਕੁੱਲ ਮਿਲਾ ਕੇ ਲੜਾਕੂ ਤੇ ਲੜਨ ਵਾਲੇ ਬੰਦੇ ਰਹੀ ਨਹੀਂ। ਜਾਂ ਤੁਸੀਂ ਉਹਨਾਂ ਬੰਦਿਆਂ ਨੂੰ ਟਿਕਟਾਂ ਦੇਣੀਆਂ ਸ਼ੁਰੂ ਕਰਤੀਆਂ ਜਿਨ੍ਹਾਂ ਦਾ ਤੁਹਾਡੀ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ, ਸਿਰਫ ਜੇਬ ਮੋਟੀ ਆ ਉਹਨਾਂ ਦਾ ਦਮ ਦੇਖਿਆ ਜਾ ਰਿਹਾ ਉਹਨਾਂ ਦੇ ਪੈਸੇ ਨਾਲ। ਸੋ ਵਰਕਰ ਜਿਹੜਾ ਉਹ ਖੁਆਰ ਹੋ ਰਿਹਾ। ਇਹ ਚੀਜ਼ਾਂ ਵੀ ਸਰਦਾਰ ਹਮੀਰ ਸਿੰਘ ਜੀ ਨਾਲ ਨਾਲ ਚੱਲ ਰਹੀਆਂ, ਖਮਿਆਜੇ ਤਾਂ ਭੁਗਤਣੇ ਪੈ ਰਹੇ ਸਾਰੀਆਂ ਪਾਰਟੀਆਂ ਨੂੰ ਜੀ। ਨਹੀਂ ਇਸੇ ਲਈ ਜਿਹੜੀ ਧਿਰ ਸੱਤਾ ਚ ਨਹੀਂ ਹੁੰਦੀ ਉਹਨਾਂ ਨੇ ਪਾਰਟੀਆਂ ਮਾਰ ਲਈਆਂ ਆਪਣੀਆਂ ਸੱਤਾ ਚ। ਨੋਰਮਲੀ ਪਾਰਟੀ ਸੱਤਾ ਚ ਲਿਆਉਂਦੀ ਹੈ ਕਿਸੇ ਨੂੰ, ਜਦੋਂ ਸੱਤਾ ਚ ਆ ਜਾਂਦੇ ਹੋ, ਜਿਵੇਂ ਆਮ ਆਦਮੀ ਪਾਰਟੀ ਹੁਣ ਸੱਤਾ ਚ ਆ ਗਈ, ਜਾਂ ਕਦੇ ਅਕਾਲੀ ਦਲ ਸੱਤਾ ਚ ਰਿਹਾ 10 ਸਾਲ, ਉਹ 10 ਸਾਲ ਦੇ ਪਾਰਟੀ ਮਾਰਤੀ, ਸਗੋਂ ਪਾਰਟੀ ਦੀ ਐਕਟੀਵਿਟੀ ਨਹੀਂ ਬਚੀ ਕੋਈ, ਤੇ ਸੱਤਾ ਨਾਲ ਚੱਲਦਾ ਰਿਹਾ ਸਾਰਾ ਕੁਛ। ਜਿਹਨਾਂ ਕੋਲ ਪੈਸੇ ਆ ਗਏ ਉਹਨਾਂ ਰਾਹੀਂ ਵੀ ਤੂੰ ਇਹਦਾ ਇੰਨਾ ਖਰਚ ਕਰਦੇ, ਇਹਦਾ ਇੰਨਾ ਕਰਦੇ। ਔਰ ਬੀਜੇਪੀ ਦੀ ਇੱਕ ਫਰਕ ਇਹ ਹੈ, ਤੇ ਈਵਨ ਪਹਿਲਾਂ ਕਾਂਗਰਸ ਦਾ ਵੀ ਇੱਕ ਫਰਕ ਇਹ ਰਿਹਾ ਹਮੇਸ਼ਾ, ਉਦੋਂ ਤੋਂ ਲੈ ਕੇ ਇੰਦਰਾ ਗਾਂਧੀ ਤੋਂ ਲੈ ਕੇ ਲਗਾਤਾਰ, ਕਿਉਂਕਿ ਨੋਰਮਲੀ ਉਹੀ ਪ੍ਰਧਾਨ ਹੁੰਦੇ ਤੇ ਉਹੀ ਮਤਲਬ ਪ੍ਰਾਈਮ ਮਿਨਿਸਟਰ। ਔਰ ਈਵਨ ਡਾਕਟਰ ਮਨਮੋਹਨ ਸਿੰਘ ਵੇਲੇ ਤਾਂ ਪ੍ਰਧਾਨ ਸੋਨੀਆ ਗਾਂਧੀ ਸੀ, ਜ਼ਿਆਦਾ ਮਜ਼ਬੂਤੀ ਸੀ, ਸਗੋਂ ਪ੍ਰਧਾਨ ਕੋਲ ਜ਼ਿਆਦਾ ਜਾਂਦੇ ਸੀ ਬੰਦੇ ਕੰਪੈਰੇਟਿਵਲੀ, ਈਵਨ PM ਦੇ ਵੀ ਕਿਸੇ ਨਾ ਕਿਸੇ ਰੂਪ ਚ। ਹੁਣ ਜਿਹੜਾ ਜਿਵੇਂ ਆਮ ਆਦਮੀ ਪਾਰਟੀ ਦਾ ਮਾਮਲਾ ਹੈ, ਇਹਦੇ ਚ ਇਹ ਬਣ ਗਿਆ
ਕੇਜਰੀਵਾਲ ਨੂੰ ਨੀ, ਕਨਵੀਨਰ ਨੇ ਉੱਪਰ ਵੀ ਤੇ ਸਾਰੇ ਕਿਤੇ ਇੱਕ ਡਬਲ ਇੰਜਣ ਤੇ ਵੀ ਉਹ ਸਾਰਾ ਤੁਰਿਆ ਫਿਰਦਾ, ਮਲਟੀਪਲ ਇੰਜਣ ਨੇ ਮਤਲਬ ਸਾਰੇ ਦੇਸ਼ ਚ ਵੈਸੇ ਵੀ ਜਾ ਰਹੇ ਨੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਨਾਲ ਲੈ ਕੇ ਆਪਣੀ ਚਰਚਾ ਦੇ ਵਾਸਤੇ, ਔਰ ਪੰਜਾਬ ਚ ਵੀ ਭਗਵੰਤ ਮਾਨ ਪ੍ਰਧਾਨ ਵੀ ਨੇ ਤੇ ਚੀਫ ਮਿਨਿਸਟਰ ਵੀ ਨੇ। ਤਾਂ ਪਾਰਟੀ ਸਟਰਕਚਰ ਇਹਨਾਂ ਦਾ ਤਾਂ ਸਿਸਟਮ ਇਹ ਹੈ ਕਿ ਪਾਰਟੀ ਸਟਰਕਚਰ ਹਰ ਚੋਣ ਤੋਂ ਪਹਿਲਾਂ ਭੰਗ ਕਰ ਦਿੰਦੇ ਨੇ, ਭੰਗ ਕਰਕੇ ਫਿਰ ਕੁਛ ਹੋਰ ਬੰਦੇ ਜਿਹੜੇ ਇੱਧਰ ਉੱਧਰ ਆਉਣੇ ਹੁੰਦੇ ਨੇ ਉਹਨਾਂ ਨੂੰ ਐਡਜਸਟ ਕਰਦੇ ਨੇ ਜਿਹੜਾ ਜ਼ਿਆਦਾ, ਉਹਦੀ ਕੋਈ ਹਰਿਆਰਕੀ ਹੁੰਦੀ ਹੈ ਉਹਨੇ, ਕਿਤੇ ਕੋਈ ਹੇਠੋਂ ਪਾਰਟੀ ਬਣੀ ਹੋਵੇ, ਮੈਂਬਰਸ਼ਿਪ ਕੱਟ ਕੇ ਤਹਿਸੀਲ ਬਣੀ ਹੈ, ਜ਼ਿਲ੍ਹਾ ਬਣਿਆ। ਬਾਕੀ ਅਕਾਲੀ ਦਲ ਵਰਗੀ ਰੂਟਡ ਪਾਰਟੀ ਚਲੀ ਗਈ ਹੈ ਮਾਮਲੇ 'ਚ, ਤਾਂ ਚੋਣ ਬੰਦ ਹੋ ਗਈ ਹੇਠੋਂ, ਜਿਹੜੇ ਲੋਕ ਮਜਾਰਿਆਂ 'ਚ ਜਾਂਦੇ ਸੀ ਮੋਰਚਿਆਂ 'ਚ ਜਾਂਦੇ ਸੀ ਉਹ ਬੰਦ ਹੋ ਗਏ, ਤੁਹਾਡੇ ਨਾਲ ਖੜ ਨਹੀਂ ਰਹੇ, ਤਾਂ ਉਹ ਲੜਨਗੇ ਕਿਉਂ ਤੁਹਾਡੇ ਲਈ ਜੇ ਉਹਦੇ ਕੋਲ ਕੋਈ ਰਾਈਟ ਨਹੀਂ, ਉਹਦੇ ਕੋਲ ਆਪਣਾਪਣ ਦਾ ਕੋਈ ਅਹਿਸਾਸ ਨਹੀਂ, ਬਾਕੀ ਦੀਆਂ ਚੀਜ਼ਾਂ ਨਹੀਂ ਹੈ। ਕਾਂਗਰਸ ਦੇ ਵੀ ਇੰਡੀਵਿਜੁਅਲ ਹੋ ਗਏ, ਤੁਹਾਡੇ ਕੋਲ ਪਾਰਟੀ ਨਹੀਂ ਨਜ਼ਰ ਆ ਰਹੀ। ਬੀਜੇਪੀ ਨੇ ਅਜੇ ਤੱਕ ਇੱਕ ਗੱਲ ਰੱਖੀ ਹੋਈ ਹੈ ਕੰਟੀਨਿਊਟੀ 'ਚ, ਇੱਕ ਤਾਂ ਉਹਦੇ ਕੋਲ RSS ਦਾ ਕੇਡਰ ਵੀ ਹੈ ਜਿਹੜਾ ਰੈਗੂਲਰ ਇਹ ਇਨ ਟੱਚ ਰੱਖਦਾ, ਦੂਸਰਾ ਉਹ ਪਾਰਟੀ ਲਗਾਤਾਰ ਐਕਟੀਵੇਟ ਕਰਕੇ ਰੱਖਦੇ ਨੇ ਪਾਰਟੀ ਵਰਕਰਾਂ ਨੂੰ, ਪੰਨਾ ਪ੍ਰਮੁੱਖ ਤੱਕ ਦਾ। ਤੁਸੀਂ ਦੇਖੋ ਉਹਨਾਂ ਦੀਆਂ ਮੀਟਿੰਗਾਂ ਕਿੰਨੀਆਂ ਹੁੰਦੀਆਂ ਨੇ ਕੰਟੀਨਿਊ ਸਾਲ ਦੇ ਵਿੱਚ, ਨੈਸ਼ਨਲ ਲੈਵਲ ਤੋਂ ਹੇਠਾਂ ਲੈਵਲ ਦੀਆਂ, ਉਹਦੇ ਨਾਲ ਫਰਕ ਤਾਂ ਪੈਂਦਾ ਹੀ ਹੈ। ਦੂਜੀ ਧਿਰ ਲੜ ਨਹੀਂ ਸਕਦੀ ਉਹਨਾਂ ਉਸੇ ਕਰਕੇ, ਔਰ ਇਸੇ ਕਰਕੇ ਇਹ ਹੈ ਕਿ ਹੁਣ ਜਿਹੜਾ ਚੰਡੀਗੜ੍ਹ ਦਾ ਮਾਮਲਾ ਹੈ, ਭਾਵੇਂ ਐਥੀਕਲੀ ਬਿਲਕੁਲ ਹੀ ਕੁਝ ਨਹੀਂ ਹੋ ਰਿਹਾ, ਚਾਹੇ ਕਰਪਸ਼ਨ ਦੇ ਮਾਮਲੇ 'ਚ ਹੋਵੇ, ਸੱਤਾਧਾਰੀ ਤੇ ਆਪਣੇ ਵਾਲਿਆਂ ਨੂੰ ਮਾਫ਼, ਦੂਜਿਆਂ ਨੂੰ, ਦੂਜਿਆਂ ਤੇ ED ਤੇ CBI, ਇਸੇ ਢੰਗ ਨਾਲ ਬੰਦੇ ਜਿਹੜੇ ਮਰਜ਼ੀ ਲਾਇਆ ਉਹ ਪਹਿਲਾਂ ਜਦੋਂ ਤੁਸੀਂ ਮਰਜ਼ੀ ਗਾਲਾਂ ਕੱਢਦੇ ਹੋ ਤੁਹਾਡੇ ਨਾਲ ਆ ਜੇ ਠੀਕ ਹੋ ਜਾਂਦਾ, ਔਰ ਇਦੋਂ ਪਹਿਲਾਂ ਤਾਂ ਮਤਲਬ ਜ਼ੋਰ ਲੱਗਿਆ ਜਿੰਨਾ ਚਿਰ ਇਹਨਾਂ ਤੇ ਭਰੋਸਾ ਸੀ ਨਹੀਂ ਟੁੱਟੇ ਬੰਦੇ ਵੈਸੇ, ਈਵਨ MC ਵੀ ਨਹੀਂ ਟੁੱਟੇ। ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਦੇਖੋ MC ਦਾ ਵੀ ਮਤਲਬ ਇਹ ਸੀਗਾ ਵੀ ਇਹਦੇ ਤਾਂ ਕੋਈ ਐਂਟੀ ਡਿਫੈਕਸ਼ਨ ਲਾ ਵੀ ਲਾਗੂ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ, ਤੇ ਫਿਰ ਵੀ ਖੜੇ ਰਹੇ ਸੀ ਕਿਸ ਤਰ੍ਹਾਂ। ਪਰ ਇੱਕ ਸਵਾਲ ਮੇਰੇ ਦਿਮਾਗ 'ਚ ਹੋਰ ਆਉਂਦਾ, ਉਹ ਜਿਹੜਾ BJP ਨੇ ਸਾਰਾ ਕੁਛ ਕੀਤਾ ਠੀਕ ਹੈ, 8 ਵੋਟਾਂ ਕੈਂਸਲ ਕੀਤਾ, ਉਹ 'ਚ 3 ਇਹ ਵੀ ਤਾਂ ਸ਼ਾਮਲ ਨਹੀਂ ਸੀ ਕਿਤੇ ਅੰਦਰ ਖਾਤੇ, 3 ਤਾਂ ਆਪ ਵੀ ਕਰ ਗਏ ਹੋਣ, ਤੇ ਜਿਹੜੇ ਬਾਕੀ ਉਹਨਾਂ ਨੇ ਕੀਤੀਆਂ ਹੋਣ ਜ਼ਿਆਦਾ ਤੇ 2-3 ਆਪ ਕਰ ਗਏ ਹੋਣ, ਇਹ ਵੀ ਕੋਈ ਪਤਾ ਨਹੀਂ ਹੈ। ਕਿਉਂਕਿ 35 ਮੈਂਬਰੀ ਜਿਹੜੀ ਹਾਊਸ ਹੈ ਉਹਦੇ 'ਚ 14 ਬੰਦੇ BJP ਦੇ, 1 ਅਕਾਲੀ ਦਲ ਦਾ, 13 ਬੰਦੇ ਆਮ ਆਦਮੀ ਪਾਰਟੀ ਦੇ, ਤੇ 7 ਜਿਹੜੇ ਨੇ ਉਹ ਕਾਂਗਰਸ ਦੇ, ਤੇ 1 MP ਦੀ ਵੋਟ ਹੁੰਦੀ ਹੈ BJP ਨਾਲ ਜਿਹੜੀ ਉਹ ਹੈਗੀ ਹੈ ਐਡੀਸ਼ਨਲ ਵੋਟ ਹੈ। ਅਕਾਲੀ ਦਲ ਨੇ BJP ਨੂੰ ਵੋਟ ਪਾਈ ਹੈ ਪੱਕੀ, ਉਹ ਪਹਿਲਾਂ ਦੀ ਉਹ ਜਾਰੀ ਚੱਲ ਰਹੀ ਹੈ, ਮਤਲਬ ਉਹ ਨਹੀਂ ਹਿਲਦਾ ਉਹ ਸਾਰੇ ਮਾਮਲੇ ਦੇ ਵਿੱਚ। ਔਰ ਅਕਾਲੀ ਦਲ ਦੇ ਵਿਧਾਨ ਸਭਾ ਦੇ ਵਿੱਚ ਜਿਹੜਾ ਲੀਡਰ ਸੀ ਉਹਨੇ ਨਹੀਂ ਪਾਈ BJP ਦੇ ਕੈਂਡੀਡੇਟ ਨੂੰ ਵੋਟ, ਅੰਦਰ ਖਾਤੇ ਤੁਸੀਂ ਇਹ ਵੀ ਦੋਨਾਂ ਗੱਲ ਦੱਸੋ, MC ਤਾਂ ਪਾ ਰਿਹਾ ਜਿਹੜਾ ਉਹਨਾਂ ਦੀ ਜਿਹੜਾ ਲੀਡਰਸ਼ਿਪ ਦੀ ਸਹਿਮਤੀ ਨਾਲ ਚੱਲ ਰਿਹਾ ਜੀ। ਤੇ ਦੂਜੀ ਗੱਲ ਇਹ ਹੈ ਕਿ ਹੁਣ BJP ਕੋਲ ਮੈਜੋਰਿਟੀ ਹੋ ਗਈ, ਉਹਨਾਂ ਨੇ ਅਸਤੀਫਾ ਮੇਅਰ ਤੋਂ ਲੈ ਲਿਆ, ਉਹ ਸੁਪਰੀਮ ਕੋਰਟ 'ਚ ਕਹਿਣਗੇ ਜਨਾਬ ਓਪਨ ਕਰਾ ਲਓ ਜੀ, ਕਿਸੇ ਦੀ ਸੁਪਰਵਿਜ਼ਨ 'ਚ ਕਰਾ ਲਓ, ਹੋਰ ਦੀ ਕਰਾ ਲਓ ਜੀ, ਅਦਾਲਤ ਦੀ ਸੁਪਰਵਿਜ਼ਨ 'ਚ ਕਰਾ ਲਓ ਜੀ ਚੋਣ। ਤੇ ਹੁਣ ਤਾਂ ਅਦਾਲਤ ਦੀ ਸੁਪਰਵਿਜ਼ਨ 'ਚ ਚੋਣ ਹੋ ਗਈ, ਤੇ 14-3 17 ਤੇ 18 ਤੇ 19 ਹੋ ਗਏ ਅਕਾਲੀ ਦਲ ਸਮੇਤ, ਤੇ ਉਹ ਤਾਂ ਬਣ ਗਈ ਮੈਜੋਰਿਟੀ, ਬਹੁ ਗਿਣਤੀ ਆਟੋਮੈਟਿਕਲੀ ਹੈ, ਤੇ ਹੁਣ ਤਾਂ ਉਹ ਮੇਅਰ ਇਸ ਲਈ ਲੈ ਗਏ, ਉਹ ਟਾਈਮ ਤਾਂ ਹੀ ਮੰਗਦੇ ਸੀ ਜਦੋਂ ਪਹਿਲਾਂ ਉਹਨਾਂ ਨੇ ਪ੍ਰਜਾਈਡਿੰਗ ਅਫਸਰ ਬਿਮਾਰ ਕਰਤਾ, ਬਿਮਾਰ ਹੋ ਗਿਆ, ਇੱਕ ਦਿਨ ਨਹੀਂ ਆਇਆ, ਜ਼ੋਰ ਲਾਇਆ ਹੁਣ ਵੀ ਟੁੱਟ ਜਾਣਗੇ ਤੋੜ ਲਈਏ, ਨਹੀਂ ਗੱਲ ਮੰਨੀ, ਹੁਣ ਉਹਨਾਂ ਨੇ ਕਿਹਾ ਕਰ ਦਿਓ ਇੱਕ ਵਾਰ ਕੰਮ, ਹੁਣ ਵੀ ਟਾਈਮ ਲੈ ਲਿਆ, ਹਾਈਕੋਰਟ ਨੇ ਲੰਮਾ ਟਾਈਮ ਦਿੱਤਾ, ਹਾਲਾਂਕਿ ਸੁਪਰੀਮ ਕੋਰਟ ਨੇ ਹਾਈਕੋਰਟ ਤੇ ਟਿੱਪਣੀ ਵੀ ਸਖ਼ਤ ਕੀਤੀ ਸੀ, ਤੇ ਇਹ ਬਹੁਤ ਸਮਾਂ ਮਿਲ ਗਿਆ ਇੰਨੇ ਸਮੇਂ ਦੇ ਵਿੱਚ, ਫਿਰ ਇਹ ਜਿਹੜੇ ਹੋਏ ਨੇ, ਹੁਣ ਦੇਖਣਾ ਇਹ ਹੋਏਗਾ ਕਿ ਜਿਹੜੀ ਅੱਜ ਦੀ ਮਤਲਬ ਹੀਅਰਿੰਗ ਹੋਏਗੀ ਸੁਪਰੀਮ ਕੋਰਟ ਦੇ ਵਿੱਚ, ਕੀ ਸੁਪਰੀਮ ਕੋਰਟ ਇਹਦਾ ਵੀ ਸੰਗਿਆਨ ਲੈਂਦੀ ਹੈ ਕਿ ਇਹ 3 ਬੰਦੇ ਕਿਵੇਂ ਟੁੱਟੇ, ਇਸ ਸਮੇਂ ਦੇ ਦੌਰਾਨ ਤੁਸੀਂ ਹਾਰਸ ਟ੍ਰੇਨਿੰਗ ਕੀਤੀ ਹੈ ਕਿ ਨਹੀਂ,
ਇਸ ਸਮੇਂ ਦੇ ਦੌਰਾਨ ਤੁਸੀਂ ਕਿਵੇਂ ਕੀਤਾ? ਜਿਵੇਂ ਲੋਕ ਘਬਰਾ ਬਕਰਾਉਂਦੇ ਨੇ ਉਦੋਂ ਤੱਕ ਜਦੋਂ ਕੇਸ ਚੱਲਦਾ, ਉਹਨਾਂ ਦੇ ਖਿਲਾਫ਼ ਇੱਕ ਇਹ ਹੁੰਦਾ ਵੀ ਜ਼ਮਾਨਤ ਨਾ ਦਿਓ, ਉਹਨਾਂ ਚਿਰ ਜਿੰਨਾ ਚਿਰ ਗਵਾਹ ਬਕਰਾ ਦੇਣਗੇ, ਬਾਹਰ ਤਾਕਤਵਰ ਬੰਦੇ ਨੇ, ਇਹ ਬਹੁਤ ਕਰੂਸ਼ਲ ਨੁਕਤਾ ਹੋਏਗਾ। ਹੁਣ ਪਤਾ ਨੀ ਇਹਨੂੰ ਉਹ ਲੈਂਦੇ ਨੇ ਨੋਟਿਸ, ਜੇ ਨੋਟਿਸ ਚ ਲੈਂਦੇ ਨੇ ਤਾਂ ਇਹ ਉਲਟਾ ਵੀ ਪੈ ਸਕਦਾ ਬੀਜੇਪੀ ਦੇ, ਜੇ ਸੁਪਰੀਮ ਕੋਰਟ ਇਹ ਲੈ ਲੈ ਕੇ ਆਹ ਦਿਨ ਤੁਸੀਂ ਖਰੀਦੋ ਫਰੋਖਤੀ ਕੀਤੀ ਲੱਗਦੀ ਹੈ, ਹੋਰ ਤਾਂ ਕੋਈ ਗੱਲ ਨੀ ਲੱਗਦੀ ਕਿਸੇ ਵੀ ਨਹੀਂ, ਰੂਪ ਦੇ ਵਿੱਚ। ਪਰ ਸੁਪਰੀਮ ਕੋਰਟ ਆਊਟ ਆਫ ਦਾ ਕੰਟੈਕਸਟ ਜਾਏਗੀ ਕਿ ਨਹੀਂ, ਇਸ ਗੱਲ ਦਾ ਸਵਾਲ ਹੈ, ਕਿਉਂਕਿ ਉਹ ਜਿਸ ਸਬਜੈਕਟ ਨੂੰ ਡੀਲ ਕਰ ਰਹੇ ਹੋਣਗੇ ਉਸ ਤੋਂ ਬਾਹਰ ਕੀ ਵਾਪਰ ਰਿਹਾ, ਸ਼ਾਇਦ ਉਹ ਉਹਨੂੰ ਉਨਾ ਤਵੱਜੋ ਨਾ ਦੇਣ। ਲੇਕਿਨ ਜੇ ਉਹ ਆਪਣੇ ਆਪ ਇਹਦਾ ਸੰਗਿਆਨ ਲੈਂਦੇ ਨੇ, ਸੁਮੋਟੋ ਲੈਂਦੇ ਨੇ, ਫਿਰ ਮੈਨੂੰ ਲੱਗਦਾ ਕਿ ਇਹ ਸਾਰੇ ਦੇਸ਼ ਦੇ ਵਿੱਚ ਵੀ ਸਥਿਤੀ, ਫਿਰ ਤਾਂ ਮੋਟੇ ਰੂਪ ਦੇ ਵਿੱਚ ਸੁਪਰੀਮ ਕੋਰਟ ਨੂੰ ਇਹਨਾਂ ਚੀਜ਼ਾਂ ਨੂੰ ਐਡਰੈਸ ਕਰ ਹੀ ਲੈਣਾ ਚਾਹੀਦਾ ਕਿ ਜੇ ਕੋਈ ਚੁਣ ਕੇ ਆਇਆ, ਜੇ ਕੋਈ ਚੁਣ ਕੇ ਆਇਆ ਕਿਤੇ ਉਵੇਂ ਉਹ ਜਿਹੜਾ ਲੋਕਾਂ ਦਾ ਫਤਵਾ ਉਹਦੇ ਖਿਲਾਫ ਕੋਈ ਪਾਰਟੀ ਕਰ ਰਹੀ ਹੈ ਇੰਜ ਜਾਂ ਕਰਵਾ ਰਹੀ, ਪਾਰਟੀ ਕੋਈ ਤਾਂ ਕੀਤਾ ਹੀ ਨਹੀਂ, ਉਹਨਾਂ ਦੀ ਆਪਣੀ ਇੱਛਾ ਹੈ ਜੀ। ਕਿਉਂਕਿ ਉਹਨਾਂ ਚੋਂ ਇੱਕ, ਮੈਂ ਔਰਤ ਨੂੰ ਸੁਣ ਰਿਹਾ ਸੀ ਕੌਂਸਲਰ ਨੂੰ, ਉਹ ਕਹਿ ਰਹੇ ਸੀਗੇ ਕਿ ਮੈਨੂੰ ਪ੍ਰੋਮਿਸ ਕੀਤਾ ਗਿਆ ਸੀ ਤੈਨੂੰ ਮੇਅਰ ਬਣਾਵਾਂਗੇ, ਬਾਅਦ ਦੇ ਵਿੱਚ ਮੇਰੇ ਨਾਲ ਪ੍ਰੋਮਿਸ ਪੂਰਾ ਨਹੀਂ। ਹੁਣ ਇਹ ਤਾਂ ਇਸ਼ਾਵਾਂ ਨੇ ਇਹਨਾਂ ਦੀ, ਉਹ ਕਹਿ ਇਹ ਕਿਉਂਕਿ ਮੈਨੂੰ ਲੱਗਦਾ ਸਦਾਮੀਰ ਸਿੰਘ ਜੀ ਕਾਫੀ ਕੰਪਲੈਕਸ ਤੇ ਗੁੰਝਲਦਾਰ ਮਾਮਲਾ ਹੈ। ਉਧਰ ਕੇਜਰੀਵਾਲ ਸਾਹਿਬ ਨੇ ਇਹੀ ਚੀਜ਼ ਦਾ ਫਾਇਦਾ ਲਿਆ, ਹੁਣੇ ਹੀ ਥੋੜੀ ਦੇਰ ਪਹਿਲਾਂ ਅੱਜ ਉਹਨਾਂ ਨੇ ਈਡੀ ਤੇ ਪੇਸ਼ ਹੋਣਾ ਸੀ, ਮਤਲਬ ਜਿੱਦਾਂ ਈਡੀ ਤੇ ਸੰਮਣਾ ਅਨੁਸਾਰ ਅੱਜ ਉਹਨਾਂ ਨੂੰ ਜਾਣਾ ਚਾਹੀਦਾ ਹੈ, ਪਰ ਉਹਨਾਂ ਨੇ ਇਹ ਕਹਿਤਾ ਹੈ ਕਿ ਮਾਮਲਾ ਅਦਾਲਤ ਵਿੱਚ ਹੈ ਤਾਂ ਮੈਂ ਨਹੀਂ ਪੇਸ਼ ਹੋ ਰਿਹਾ ਜੀ, ਇਹ ਮਾਮਲਾ ਅਦਾਲਤ। ਸੋ ਇਹ ਕਾਫੀ ਚੀਜ਼ਾਂ ਅਦਾਲਤ ਦੇ ਰਾਹੀਂ ਚੀਜ਼ਾਂ ਉਲਝ ਵੀ ਰਹੀਆਂ ਨੇ, ਲੋਕ ਅਦਾਲਤ ਦੀ ਆੜ ਵਿੱਚ ਕਈ ਕੁਝ ਕਰ ਵੀ ਰਹੇ ਨੇ, ਬਿਲਕੁਲ ਉਲਝਦੀਆਂ ਨੇ, ਪਰ ਇਹ ਮਾਮਲਾ ਸ਼ਾਇਦ ਸੁਪਰੀਮ ਕੋਰਟ ਨੇ ਆਪ ਨਹੀਂ ਸੰਗਿਆਨ ਚ ਲੈਣਾ। ਤਾਂ ਅਭਿਸ਼ੇਕ ਮਨੂ ਸਿੰਘ ਵੀ ਵਰਗਾ ਇੱਕ ਕਨਸਟੀਟਿਊਸ਼ਨਲ ਐਕਸਪਰਟ, ਇਹਨਾਂ ਦਾ ਵਕੀਲ ਹੈ, ਮਤਲਬ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦਾ, ਤੇ ਉਹਨਾਂ ਨੇ ਲੈਣਾ ਨਾ ਇਹ ਤਾਂ ਨੋਟਿਸ ਲੈਣਾ, ਇਹ ਤਾਂ ਇਹ ਧਿਆਨ ਕੋਰਟ ਚ ਉਹਨਾਂ ਦਾ ਦਬਾਉਣਾ, ਫਿਰ ਕੋਰਟ ਉਹਦਾ ਨੋਟਿਸ ਉਦੋਂ ਬਾਅਦ ਲੈਂਦੀ ਹੈ ਜਾਂ ਨਹੀਂ ਲੈਂਦੀ ਉਹ ਇੱਕ ਅਲੱਗ ਗੱਲ ਹੈ, ਪਰ ਇਹ ਤਾਂ ਇੱਕ ਇੱਕੋ ਹੀ ਕੇਸ ਹੈ ਉਹਦੇ ਪ੍ਰੋਸੈਸ ਚ ਹੈ। ਜੇ ਤੁਹਾਨੂੰ ਉਸ ਪ੍ਰੋਸੈਸ ਚ ਬੰਦਾ ਇਹ ਕਹਿੰਦੇ ਵੀ ਗਵਾਹ ਡਰਾਤਾ ਜੀ, ਗਵਾਹ ਗਾਇਬ ਹੈ, ਪਹਿਲਾਂ ਉਹ ਲਵਾਓ ਕਿੱਥੇ ਹੈ, ਸਾਡਾ ਤਾਂ ਕੰਮ ਇਹ ਗੜਬੜ ਹੋ ਗਿਆ, ਤਾਂ ਕੇਸ ਤੇ ਅਸਰ ਤਾਂ ਪੈਂਦਾ ਹੀ ਹੈ ਨਾ, ਜੇ ਡੈਮੋਕ੍ਰੇਟਿਕਲੀ ਜੇ ਇਸ ਲੈਵਲ ਦੀ ਗੱਲ ਹੈ। ਇਹਦੇ ਚੋਂ ਇੱਕ ਗੱਲ ਤਾਂ ਸਾਫ਼ ਹੁੰਦੀ ਹੈ ਕਿ ਬਾਈ ਹੁੱਕ ਔਰ ਕਰੁੱਕ, ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਤਾਂ ਜਿੱਤਣਾ ਹੈ, ਤੇ ਇਹ ਗੱਲ ਇਹ ਸਪਿਰਿਟ ਜਿਹੜੀ ਅਨਡੈਮੋਕ੍ਰੇਟਿਕ ਸਪਿਰਿਟ ਹੈ ਨਾ, ਤੁਸੀਂ ਜ਼ੋਰ ਲਾਓ ਜਿੱਤਣ ਦੇ ਲਈ ਆਪਣੇ ਤਰੀਕੇ ਦੇ ਨਾਲ, ਜੋ ਵੀ ਕਰਦੇ ਹੋ, ਨਹੀਂ ਜਿੱਤ ਸਕਦੇ ਤਾਂ ਹਾਰ ਵੀ ਤਾਂ ਸਕਦੇ ਹੋ। ਵਾਜਪਾਈ ਗੌਰਮੈਂਟ ਇੱਕ ਵੋਟ ਤੇ ਹਾਰੀ ਸੀ, ਉਦੋਂ ਤੱਕ ਇੰਨਾ ਕੁ ਲੈਵਲ ਸੀਗਾ ਉਹ ਕਹਿੰਦੇ ਮੈਂ ਖਰੀਦਣਾ ਨਹੀਂ, ਜਿਹਦਾ ਮਤਲਬ ਉਹ ਪਾਰਲੀਮੈਂਟ ਦੀ ਪ੍ਰਾਈਮ ਮਿਨਿਸਟਰ ਹਟਦਾ ਬੰਦਾ, ਇੱਥੇ ਤਾਂ ਮੇਅਰ ਹੈ ਨਾ, ਮੇਅਰ ਦੀ ਤਾਂ ਕੋਈ ਐਡੀ ਗੱਲ ਨਹੀਂ ਹੈ, ਤੇ ਇਸ ਕਰਕੇ ਇੱਕ ਲੈਵਲ ਜਿਹੜਾ ਸਿਆਸਤ ਦੇ ਵਿੱਚ ਸੀਗਾ ਬੀਜੇਪੀ ਦੇ ਵਿੱਚ ਵੀ ਪੁਰਾਣੀ ਚ, ਤੇ ਜਦੋਂ ਪਹਿਲੀ 13 ਦਿਨ ਦੀ ਸਰਕਾਰ, ਦੂਜੀ 13 ਮਹੀਨਿਆਂ ਦੀ ਸਰਕਾਰ, ਤੇ ਫਿਰ ਉਦੋਂ ਬਾਅਦ ਵਾਲੀ ਪੰਜ ਵਾਲੀ ਟੁੱਟਦੀਆਂ ਗਿਣਤੀਆਂ ਰਹਿੰਦੀਆਂ ਨੇ, ਔਰ ਉੱਥੇ ਤੁਸੀਂ ਇੱਕ ਸਗੋਂ ਮੈਨੂੰ ਲੱਗਦਾ ਅਗਲੀਆਂ ਸਰਕਾਰਾਂ ਬਣੀਆਂ ਹੀ ਤਾਂ ਜੇ ਉਹ ਪਹਿਲਾਂ 13 ਦਿਨ ਦੀ ਚ ਇਹ ਨਹੀਂ ਕੀਤਾ ਨਾ, ਇੱਕ ਮੋਰਲੀ ਐਡਾ ਵੱਡਾ ਕੱਦ ਖੜਾ ਹੋ ਗਿਆ, ਤੇ ਅਗਲੀ ਇਲੈਕਸ਼ਨ ਹੁੰਦੀ ਹੈ ਤੇ ਉੱਥੇ ਚਲੇ ਗਏ, ਤੇ ਉਦੋਂ ਅਗਲੀ ਹੁੰਦੀ ਹੈ ਉੱਥੇ ਤੱਕ ਚਲੇ ਗਏ ਤੁਸੀਂ। ਇਸ ਕਰਕੇ ਇਹ ਮੈਨੂੰ ਲੱਗਦਾ ਵੀ ਥੋੜਾ ਜਿਹਾ ਇਖਲਾਕ ਦੀ ਗੱਲ ਜ਼ਰੂਰ ਲਗਾਤਾਰ ਸਿਆਸਤ ਚੱਲਦੀ ਰਹਿਣੀ ਚਾਹੀਦੀ ਹੈ, ਨਹੀਂ ਤਾਂ ਜੇ ਇਹ ਬੰਦ ਹੋ ਜਾਏਗੀ ਨਾ ਵੀ ਜਿਵੇਂ ਮਰਜ਼ੀ ਕਰਦੇ ਰਹੋ, ਫਿਰ ਤਾਂ ਵੋਟਾਂ ਵੋਟਾਂ ਦਾ ਮਤਲਬ ਨਹੀਂ, ਵੋਟਾਂ ਰਸਮ ਹੋਏਗੀ ਤੇ ਜਿਹਦੀ ਤਾਕਤ ਹੋਏਗੀ ਤੇ ਉਹ ਲੈ ਜਾ ਕਰਨਗੇ, ਫਿਰ ਕੋਈ ਗੱਲ ਨਹੀਂ ਬਚੂਗੀ ਉਸ ਪੱਧਰ ਦੇ ਉੱਤੇ। ਹਾਂ, ਜਿਹੜੇ ਕੇਜਰੀਵਾਲ ਹੋਣੇ ਵੀ ਪੰਜਾਬ ਹੈ, ਮਤਲਬ ਆਮ ਆਦਮੀ ਪਾਰਟੀ ਦੀ, ਕੱਲਾ ਇਹਨੇ ਜ਼ਿਆਦਾਤਰ ਆਪਣੇ ਆਪ ਨੂੰ ਨਾ ਕੋਰਟਾਂ ਤੇ ਨਿਰਭਰ ਕਰ ਲਿਆ, ਜੇ ਪੰਜਾਬ ਦਾ ਪੈਸਾ ਨਹੀਂ ਦਿੰਦੇ ਤਾਂ ਕੋਰਟ ਚ ਫਲਾਣਾ, ਇਹ ਪੋਲੀਟੀਕਲ ਜਦੋਂ ਜਾਇਦ ਥੋੜੀ ਜਿਹੀ ਲੜੀ, ਹੁਣ ਤਾਂ ਇੱਕ ਧਰਨੇ ਧੁਰਨੇ ਦਿੱਤੇ ਇਹ ਤੇ ਚੰਡੀਗੜ੍ਹ ਵਾਲੇ ਮਾਮਲੇ ਤੇ, ਪਰ ਇੱਕ ਲੰਬੇ ਅੰਦੋਲਨ ਦੀ ਸਪਿਰਿਟ ਜਿਹੜਾ ਦਮ, ਜਿਵੇਂ ਕਿਸਾਨਾਂ ਚ ਹੈ ਨਾ, ਤੁਸੀਂ ਪੋਲੀਟੀਕਲ ਪਾਰਟੀ ਹੋ, ਕਹਿੰਦੇ ਨੇ ਸਭ ਤੋਂ ਤੇਜ਼ ਗਰੋਇੰਗ ਪਾਰਟੀ ਹੈ
ਤੇਜ਼ੀ ਨਾਲ ਵੱਧਦੀ ਪਾਰਟੀ ਹੈ, ਇੰਨੇ ਕੁ ਸਮੇਂ ਚ ਨੈਸ਼ਨਲ ਪਾਰਟੀ ਬਣ ਗਈ। ਤੁਹਾਡੇ ਤਾਂ ਸਪਿਰਿਟ ਲੜਾਈ ਦੀ, ਪੋਲੀਟੀਕਲ ਲੜਾਈ ਦੀ ਲੰਮੀ ਹੋਣੀ ਚਾਹੀਦੀ ਹੈ। 5 ਸਾਲ ਲੜੋ ਕੋਈ ਗੱਲ ਨੀ, ਲਾ ਦੋ ਮੋਰਚਾ ਤੇ ਪੋਲੀਟੀਕਲ ਲੜਾਈ ਲੜੋ। ਪੋਲੀਟਿਕਸ ਤੋਂ ਫਿਰ ਇੱਥੇ ਕਿਸਾਉਣਗੇ ਜਦੋਂ ਪੋਲੀਟੀਕਲ ਲੜਾਈ ਹੋਏਗੀ, ਪਰ ਉਹ ਚੀਜ਼ਾਂ ਕਿੱਥੋਂ ਲਿਆਉਣਗੇ? ਕਿਹੜਾ ਵਰਕਰ ਘਰੋਂ ਖਾ ਕੇ ਤੁਹਾਡੀ ਲੜਾਈ ਲੜੇਗਾ? ਵਰਕਰ ਦੀ ਕੋਈ ਸੰਦ ਪੁੱਛ ਨਹੀਂ, ਉਹ ਵਲੰਟੀਅਰ ਹੈ ਵਿਚਾਰਾ, ਉਹਨੂੰ ਹੱਕ ਤਾਂ ਤੁਸੀਂ ਦੇ ਨਹੀਂ ਰਹੇ। ਉਹ ਹੱਕ ਜਦੋਂ ਦਿਓਗੇ ਉਦੋਂ ਲੜੂਗਾ, ਕਿਉਂਕਿ ਉਹਨੂੰ ਲੱਗੂਗਾ ਕਿ ਮੇਰਾ ਵੀ ਹਿੱਸਾ ਹੈ ਉਹਦੇ ਚ। ਨਹੀਂ ਤਾਂ ਠੀਕ ਹੈ, ਉਸੇ ਤਰੀਕੇ ਨਾਲ ਚੱਲਦਾ ਜਾਊ, ਗੱਦੀਆਂ ਜਿੰਨਾ ਚਿਰ ਮਿਲੀਆਂ ਨੇ ਉਹਦਾ ਆਨੰਦ ਮਾਣੋ, ਬਾਅਦ ਚ ਹਿਸਟਰੀ ਫੈਸਲਾ ਕਰ ਲਊਗੀ ਕਿਹਨੇ ਕੀ ਕੀਤਾ ਕਿਹਨੇ ਨਹੀਂ ਕੀਤਾ। ਜਦੋਂ ਤੁਸੀਂ ਨਵੇਂ ਹੁੰਨੇ ਹੋ, ਕੋਈ ਨਵੀਂ ਪਾਰਟੀ ਬਣਾਉਂਦੇ ਹੋ, ਤੁਹਾਡੇ ਕੋਲ ਇੱਕ ਤੁਹਾਡੇ ਹੱਥ ਵਿੱਚ ਫਾਇਦਾ ਤਾਂ ਹੁੰਦਾ ਹੀ ਹੈ ਕਿ ਤੁਸੀਂ ਦੂਜਿਆਂ ਨਾਲੋਂ ਵੱਖਰੇ ਹੋ ਕੇ ਜੇ ਚੱਲੋਗੇ, ਤੇ ਜਿਹੜੇ ਬਦਜਨ ਲੋਕ ਨੇ ਦੂਜੀਆਂ ਪਾਰਟੀਆਂ ਤੋਂ ਅੱਕੇ ਨਿਰਾਸ਼ ਨੇ, ਉਹਨਾਂ ਨੂੰ ਕੋਈ ਇੱਕ ਚਾਂਸ ਮਿਲ ਜਾਂਦਾ, ਮੌਕਾ ਮਿਲ ਜਾਂਦਾ। ਔਰ ਜਦੋਂ ਤੁਸੀਂ ਬਿਲਕੁਲ ਹੀ ਨਵੇਂ ਆਏ ਹੋ ਤੇ ਤੁਹਾਡੇ ਕੋਲ ਬਹੁਤ ਇਮਾਨਦਾਰ ਜਾਂ ਬਹੁਤ ਚੰਗੇ ਲੋਕਾਂ ਨੂੰ ਜਿਹੜੇ ਅਸੂਲ ਪ੍ਰਸਤ ਹੋਣ, ਉਹਨਾਂ ਨੂੰ ਨਾਲ ਲੈ ਕੇ ਤੁਰਨ ਦਾ, ਕਿਉਂਕਿ ਆਮ ਬੰਦੇ ਨੂੰ ਤੇ ਮੌਕੇ ਹੀ ਨਹੀਂ ਮਿਲਦੇ। ਅਸੀਂ ਜੇ ਪੰਜਾਬ ਨੂੰ ਇਕਾਈ ਵਜੋਂ ਮੰਨੀਏ ਤਾਂ ਕਿਧਰੇ ਵੀ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਜਗ੍ਹਾ ਹੀ ਖਾਲੀ ਨਹੀਂ ਹੁੰਦੀ। 117 ਹਲਕੇ ਨੇ, 13 ਉੱਪਰ ਨੇ, ਸਾਰੀ ਜਗ੍ਹਾ ਤੇ ਕੋਈ ਨਾ ਕੋਈ ਬੰਦਾ ਖਾਨਦਾਨੀ ਤੌਰ ਤੇ ਤੁਰਿਆ ਹੁੰਦਾ, ਕਿਸੇ ਸਬੱਬ ਨਾਲ ਹੀ ਕਿਸੇ ਕੋਈ ਸੈਲੀਬ੍ਰਿਟੀ ਜਾਂ ਕੋਈ ਵੱਡਾ ਨਾਂ ਨੂੰ ਬਣਾ ਦੇ ਤੇ ਉਹਦਾ ਕਿਤੇ ਦਾ ਲੱਗਦਾ। ਸੋ ਨਵੀਆਂ ਪਾਰਟੀਆਂ 'ਚ ਲੋਕਾਂ ਨੂੰ ਇਹੀ ਇੱਕ ਆਸ ਰਹਿੰਦੀ ਹੈ ਕਿ ਸਾਨੂੰ ਇੱਥੇ ਆਪਣੀ ਗੱਲ ਰੱਖਣ ਦਾ ਤੇ ਇੱਥੋਂ ਅੱਗੇ ਵਧਣ ਦਾ ਮੌਕਾ ਮਿਲ ਜਾਊਗਾ। ਪਰ ਜੇਕਰ ਤੁਸੀਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਜਿਤਾ ਕੇ ਲੈ ਵੀ ਆਏ ਤਾਂ ਤੁਸੀਂ ਉਹਨਾਂ ਨੂੰ ਉਭਰਨ ਦਾ, ਵਿਕਸਣ ਦਾ ਮੌਕਾ ਹੀ ਨਹੀਂ ਦਿੱਤਾ, ਉਹਨਾਂ ਨੂੰ ਪਲੇਟਫਾਰਮ ਹੀ ਨਹੀਂ ਦਿੱਤੇ, ਉਹਨਾਂ ਨੂੰ ਬੋਲਣ ਹੀ ਨਹੀਂ ਆਜ਼ਾਦੀ ਨਾਲ ਦਿੱਤਾ, ਕੋਈ ਆਪਣੀ ਰਾਏ ਹੀ ਨਹੀਂ ਰੱਖ ਸਕਦਾ। ਕਿੰਨਾ ਵਧੀਆ ਹੁੰਦਾ, 92 ਲੋਕ ਸੀ ਮੁੱਖ ਮੰਤਰੀ ਨੂੰ ਛੱਡ ਕੇ, ਬਾਕੀ 91, ਚਲੋ ਆਪਾਂ 15-16 ਵੀ ਵਜ਼ੀਰ ਵੀ ਛੱਡ ਲਈਏ, ਬਾਕੀ ਵੱਖ ਵੱਖ ਮੁੱਦਿਆਂ ਤੇ ਖੁੱਲਾ ਬੋਲਦੇ। ਨਾਲੇ ਇੱਕ ਵਾਰੀ ਉਹ ਪਤਾ ਲੱਗ ਜਾਂਦਾ ਸਪਿਰਿਟ ਦਾ, ਕਿਹੜਾ ਬੰਦਾ ਅਗਲੇ ਸਮੇਂ 'ਚ ਵੱਡਾ ਲੀਡਰ ਬਣਨ ਦਾ ਕੱਦ ਘੱਟ ਰੱਖਦਾ, ਕਿਸ ਬੰਦੇ ਕੋਲ ਵਿਚਾਰ ਹੈ, ਸਮਝ ਹੈ, ਉਹਨੂੰ ਗੱਲ ਕਹਿਣਾ ਆਉਂਦੀ ਹੈ। ਸਾਨੂੰ ਲੀਡਰਸ਼ਿਪ ਇਸ ਪਾਰਟੀ ਦੇ ਵਿੱਚੋਂ ਬਿਲਕੁਲ ਹੀ ਨਹੀਂ ਮਿਲੀ, ਸਗੋਂ ਇੰਝ ਲੱਗਦਾ ਜਿੱਦਾਂ ਡਰੇ ਹੋਏ, ਸਹਿਮੇ ਹੋਏ, ਸਨੱਬ ਕੀਤੇ ਬੰਦੇ ਨੇ, ਆਪਣੇ ਹਲਕੇ ਬਾਰੇ ਵੀ ਬੋਲ ਨਹੀਂ ਸਕਦੇ। ਤੂੰ ਮੀਡੀਆ ਦੇ ਵਿੱਚ ਇਹ ਗੱਲ ਕਹਿ ਕਿਉਂ ਦਿੱਤੀ? ਇਹ ਅਪਰੋਚ। ਸੋ ਕੇਜਰੀਵਾਲ ਸਾਹਿਬ ਨੂੰ ਆਪਣੇ ਨਾਲ ਇੱਕ ਲੰਬੀ ਚੌੜੀ ਫੌਜ ਤਿਆਰ ਕਰਨ ਦਾ ਮੌਕਾ ਸੀ, ਜਿਹੜਾ ਹੌਲੀ 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 ਗੁਆਚਦਾ ਜਾ ਰਿਹਾ। ਤੇ ਲਾਸਟ ਵਿੱਚ ਮੈਂ ਧਰਮਵੀਰ ਸਿੰਘ ਜੀ, ਜਦੋਂ ਤੁਸੀਂ ਗੱਲ ਕਰ ਹੀ ਰਹੇ ਹੋ ਦਲ ਬਦਲੀਆਂ ਦੀ, ਕੁੱਝ ਰੌਲੇ ਡਰਾ ਕੇ ਵੀ ਰੱਖਦੇ ਆ, ਆਖਰੀ ਟਿੱਪਣੀ ਮੈਂ ਤੁਹਾਡੀ ਲੈਣੀ ਆ। ਕਮਲਨਾਥ ਅਪਵਾਦ ਬਣ ਗਿਆ, ਕਮਲਨਾਥ ਜਾਣਾ ਜਾਂ ਨਹੀਂ ਜਾਣਾ? ਸਾਡੇ ਤਾਂ ਮਨੀਸ਼ ਤਿਵਾੜੀ ਦਾ ਵੀ ਰੌਲਾ ਪਈ ਜਾਂਦਾ ਸੀ ਕੱਲ ਨੈਸ਼ਨਲ ਮੀਡੀਆ 'ਚ ਕਿ ਮਨੀਸ਼ ਤਿਵਾੜੀ ਵੀ ਜਾ ਸਕਦੇ। ਇਹ ਹੁਣ ਉਹ ਤਾਂ ਵੱਖਰੀ ਗੱਲ ਆ ਕਿ ਕਾਂਗਰਸ ਸਾਰੇ ਮਾਮਲਿਆਂ 'ਚ ਡਿਨਾਈ ਕਰੀ ਜਾਂਦੀ ਆ, ਡਿਨਾਇਲ ਮੋਡ 'ਤੇ ਉਹ ਕਹਿੰਦੇ ਨਾ 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 ਇਹ ਨਹੀਂ ਜਾ ਸਕਦੇ ਦੋਨੇ। ਪਰ ਜਿਹੜੀ ਸਥਿਤੀ ਕਮਲਨਾਥ ਦੀ ਬਣੀ ਹੋਈ ਆ, ਉਹਨਾਂ ਦੇ ਕੁਛ MLA ਦਿੱਲੀ ਪਹੁੰਚੇ ਹੋਏ ਆ, ਸਾਰੀ ਸਥਿਤੀ 'ਚ ਸਾਡੇ ਪੰਜਾਬ ਦੇ ਵਿੱਚ ਐਵੇਂ ਹੀ BJP ਵੀ ਡਰੀ ਜਾਂਦੀ। ਹੁਣ ਅਕਾਲੀਆਂ ਨੂੰ ਵੀ ਖੌਫ ਜਿਹਾ ਮਾਰੀ ਜਾਂਦਾ ਕਿ ਜੇਕਰ ਅਸੀਂ ਸਮਝੌਤੇ ਦੇ ਨੇੜੇ ਪਹੁੰਚ ਗਏ, ਕਿਸਾਨਾਂ ਨਾਲ ਮੁੱਕ ਮੁਕਾ ਹੋ ਗਿਆ, ਸਾਡੇ ਸਿੱਖ ਮਸਲੇ 2-3 ਐਡਰੈਸ ਕਰਦੇ BJP, ਤੇ ਇਲੈਕਸ਼ਨ ਅਸੀਂ ਰਲ ਕੇ ਲੜੀਏ ਤਾਂ ਫਾਇਦਾ ਹੋ ਸਕਦਾ। ਲੇਕਿਨ ਉਹਨਾਂ ਨੂੰ ਕਮਲਨਾਥ ਦਾ ਇੱਕ ਵੱਡਾ ਜਿਹੜਾ ਭੈ ਆ ਨਾ, ਉਹ ਪਹਿਲਾਂ ਹੀ ਡਰਾਉਣ ਲੱਗ ਗਿਆ। ਇੱਕ ਛੋਟੀ ਜਿਹੀ ਟਿੱਪਣੀ ਫਿਰ ਖਤਮ ਕਰ ਦਿੰਦੇ, ਉਹ ਹੋਣਾ ਹੀ ਆਪਾਂ ਖੈਰ ਅਕਾਲੀ ਦਲ ਨੂੰ ਤਾਂ, ਕਿਉਂਕਿ ਅਕਾਲੀ ਦਲ ਨੇ ਬੜਾ ਲੰਮਾ ਸਮਾਂ, ਜਿਹੜਾ 84 ਦਾ ਕੇਸ ਹੈ, ਜਿਹੜਾ ਸਿੱਖ ਕਤਲੇਆਮ ਹੈ, ਸਿੱਖ ਵਿਰੋਧੀ ਦਿੱਲੀ ਤੇ ਹੋਰ ਸਮਾਂ ਤੇ, ਉਹਨਾਂ ਦੇ ਮੁੱਦੇ ਤੇ ਬਹੁਤ ਵਾਰ ਉਠਾਇਆ ਇਹ ਮੁੱਦਾ। ਔਰ ਜਦੋਂ ਵੀ ਹਰ ਚੋਣ 'ਚ ਪਹਿਲਾਂ ਪਹਿਲਾਂ ਤਾਂ ਉਹ ਬੀਬੀਆਂ ਨੂੰ ਕੁਛ ਲਿਆਉਂਦੇ ਸੀ ਤੇ ਕੁਛ ਉਹ ਬੰਦੇ ਇੱਕ ਐਸੋਸੀਏਸ਼ਨ ਬਣੀ ਸੀ, ਪ੍ਰੋਟੈਸਟ ਕਰਾਉਂਦੇ ਰਹੇ ਹਮੇਸ਼ਾ ਹੀ। ਜਦ ਵੀ ਕਾਂਗਰਸ ਉਹਨਾਂ 'ਚੋਂ ਕਿਸੇ ਬੰਦੇ ਨੂੰ ਕੋਈ ਅਹੁਦਾ ਦੇਣ ਲੱਗਦੀ ਸੀਗੀ, ਉਦੋਂ ਵੀ ਇਹਨੂੰ ਵਾਰ ਉਠਾਉਂਦੇ ਰਹੇ। ਫਿਰ ਜੇ ਹੁਣ ਅਲਾਈ ਪਾਰਟਨਰ ਦੇ ਵਿੱਚ ਹੀ ਉਹੀ ਜਿਹਨੂੰ ਇਹ ਸਮਝਦੇ ਨੇ ਕਿ ਉਹਨਾਂ 'ਤੇ ਕੋਈ ਦਾਗ ਹੈ ਇਸ ਮਾਮਲੇ ਦਾ, ਔਰ ਦਾਗੀ ਬੰਦਾ ਤੇ ਉੱਧਰ ਆ ਜਾਏਗਾ, ਉਹਦੇ ਨਾਲ ਫਿਰ ਤੁਸੀਂ ਦੋਸਤੀ ਪਾਓਗੇ,
ਤਾਂ ਸਵਾਲ ਤਾਂ ਖੜੇ ਹੋਣਗੇ। ਫਿਰ ਤੋਂ ਬੁਨਿਆਦੀ ਚੀਜ਼ ਹਿੱਲਦੀ ਹੈ ਜਿਹੜੀ ਜਿਹੜੀ ਪੰਥਕ ਗੱਲਾਂ ਦੇ ਨਾਲ ਕਰਕੇ ਪਹਿਲਾਂ ਜ਼ਮੀਨ ਖੁੱਸੀ ਹੈ ਇੱਕ ਲੈਵਲ ਦੇ ਉੱਤੇ, ਤਾਂ ਉਹ ਹੋਰ ਖੁੱਸਣ ਦਾ ਡਰ ਪੈਦਾ ਹੋ ਜਾਏਗਾ। ਇਸੇ ਕਰਕੇ ਸ਼ਾਇਦ ਅਕਾਲੀ ਦਲ ਇਹਨੂੰ ਜਿਵੇਂ ਪਹਿਲਾਂ ਕਹਿੰਦੇ ਨੇ ਕਿ ਪਹਿਲਾਂ ਜਿਹੜੇ ਲੌਸ ਹੋ ਗਏ ਨੇ, ਚਾਹੇ ਉਹ ਕਿਸਾਨ ਮੂਵਮੈਂਟ ਤੱਕ ਮਾਮਲੇ ਕਰਕੇ, ਚਾਹੇ ਉਹ ਪੰਥਕ ਕਰਕੇ, ਉਹਨੂੰ ਨੀਚ ਨਾਲ ਲਾ ਕੇ ਦੇਖਤਾ ਰਿਹਾ ਹੀ ਹੈ। ਤੇ ਹੋਰ ਗਲਤੀ ਤਾਂ ਨਾ ਕਰੋ ਜੇ ਹੋਰ ਠੀਕ ਨਹੀਂ ਕਰ ਸਕਦੇ, ਘੱਟੋ ਘੱਟ ਉਹਨਾਂ ਨੂੰ ਇਹ ਤਾਂ ਲੱਗਦਾ ਹੀ ਹੋਵੇਗਾ, ਅੰਦਰ ਜਿਹੜਾ ਪ੍ਰੈਸ਼ਰ ਉਹਨਾਂ ਦੇ ਚੱਲਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇੱਕ ਅਕਾਲੀ ਦਲ ਚ ਵੈਸੇ ਵੀ ਦੋ ਰਾਂਦਾ ਨੇ, ਕੁਝ ਬੰਦੇ ਅਜੇ ਵੀ ਇਸ ਰਾਏ ਦੇ ਨੇ ਕਿ ਬੀਜੇਪੀ ਨਾਲ ਕਿਸ ਜੇ ਅਕਾਲੀ ਦਲ ਨੇ ਖੜਾ ਹੋਣਾ ਤਾਂ ਇੱਕ ਲਾਈਨ ਕੱਢ ਕੇ ਪੰਜਾਬ ਚ ਵਿਚਰੋ, ਜਿਹੜੀ ਕਿ ਅਕਾਲੀ ਦਲ ਦੀ ਟ੍ਰੈਡੀਸ਼ਨਲ ਲਾਈਨ ਕਦੇ ਹੁੰਦੀ ਸੀ ਕਿ ਦਿੱਲੀ ਵਿਤਕਰਾ ਕਰਦੀ ਹੈ ਤੇ ਪੰਜਾਬ ਦੇ ਲਈ ਇਸ ਮਾਮਲੇ ਤੇ ਹਰ ਮਾਮਲੇ ਤੇ ਖੜਨ ਦਾ ਜਿਹੜਾ ਕੁਐਸਚਨ ਹੈ। ਤੇ ਉਹ ਗਰੁੱਪ ਤਾਂ ਹਮੇਸ਼ਾ ਕਹਿੰਦਾ ਹੀ ਹੈ ਕਿ ਉਦੋਂ ਪਹਿਲਾਂ ਵੀ ਕਹਿੰਦਾ ਸੀ ਜਦੋਂ ਬੀਜੇਪੀ ਨਾਲ ਇਹਨਾਂ ਦਾ ਠੀਕ ਤਾਲੁਕਾ ਸੀ, ਮਿਨਿਸਟਰੀ ਸੀ, ਉਦੋਂ ਵੀ ਇਹ ਰਾਏ ਰੱਖਦਾ ਰਿਹਾ ਇੱਕ ਗਰੁੱਪ ਤੇ। ਪਰ ਉਦੋਂ ਕਿਉਂਕਿ ਥੋੜੇ ਬਹੁਤ ਫਾਇਦੇ ਵੀ ਮਿਲਦੇ ਸੀ, ਹੁਣ ਫਾਇਦਾ ਤਾਂ ਉਹਨਾਂ ਨਹੀਂ ਹੈ, ਹੁਣ ਤਾਂ ਕੋਈ ਨਾ ਕੋਈ ਚੀਜ਼ ਸਾਹਮਣੇ ਆ ਹੀ ਜਾਂਦੀ ਹੈ। ਇਸ ਕਰਕੇ ਅਕਾਲੀ ਦਲ ਦੀਆਂ ਮਾਯੂਸੀਆਂ ਵੀ ਇਸ ਗੱਲ ਤੇ ਹੈਗੀਆਂ ਨੇ ਕਿ ਨਾ ਤਾਂ ਉਹ ਕਲੀਅਰ ਕੱਟ ਉਧਰ ਸਟੈਂਡ ਲੈ ਪਾਉਂਦਾ, ਨਾ ਇੱਧਰ ਇਹ ਬਬਲਿੰਗ। ਬਬਲਿੰਗ ਕਹਿੰਦੇ ਨੇ ਹਮੇਸ਼ਾ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ ਹੈ, ਜਾਂ ਉੱਧਰ ਚਲੇ ਜਾਓ ਜਾਂ ਉੱਧਰ ਚਲੇ ਜਾਓ, ਘੱਟੋ ਘੱਟ ਜੇ ਇੱਕ ਵਾਰ ਇਲੈਕਸ਼ਨ ਨਹੀਂ ਜਿੱਤੋਗੇ ਅਗਲੇ ਵਾਰੀ ਲਈ ਮੋਰਲੀ ਖੜੇ ਹੋ ਜਾਂਦੇ ਹੋ ਤੁਸੀਂ। ਹੁਣ ਤਾਂ ਤੀਜੀ ਵਾਰੀ ਹੈ ਇਹ ਟੈਨਿਓਰ, ਤੀਜੀ ਵਾਰੀ ਵੀ ਜੇ ਲੱਕ ਨਹੀਂ ਖੜੇ ਹੋਏ ਤਾਂ ਬੜਾ ਲਾਸ ਹੋ ਜਾਂਦਾ ਅੱਜ ਦੀ ਪੋਲਿਟਿਕਸ ਚ ਘੱਟੋ ਘੱਟ। ਇਹ ਤਾਂ ਸਾਡੀ ਜਿਹੜੀ ਸਟੇਟ ਦੀ ਰਾਜਨੀਤੀ ਆ, ਕੇਂਦਰ ਦੇ ਖਿਲਾਫ ਖੜੀ ਹੋ ਕੇ ਉਹਦਾ ਖੱਟਿਆ ਖਾਂਦੀ ਰਹੀ ਹੈ। ਮੁਸ਼ਕਲ ਇਹ ਹੋਈ ਕਿ ਲੋਕਾਂ ਨੂੰ ਜਦੋਂ ਪਤਾ ਲੱਗਣਾ ਸ਼ੁਰੂ ਹੋਇਆ ਕਿ ਇਹ ਤਾਂ ਗੇਮ ਦਾ ਹਿੱਸਾ ਹੈ, ਕਿ ਤੁਸੀਂ ਮੂੰਹ ਰੱਖਣ ਲਈ ਇਹ ਕਹੀ ਜਾਂਦੇ ਹੋ ਕਿ ਅਸੀਂ ਬੜੇ ਸਟੇਟ ਦੇ ਹਿੱਤ 'ਚ ਹੈ, ਅਸੀਂ ਬੜੇ ਸੰਘਵਾਦ ਲਈ ਲੜੇ ਹਾਂ, ਲੜ ਰਹੇ ਹਾਂ, ਲੇਕਿਨ ਅੰਦਰੋਂ ਤੁਸੀਂ ਆਪਣੇ ਨਿੱਜ ਨਾਲ ਅੱਗੇ ਵੱਧਦੇ ਹੋ ਤੇ ਉੱਥੇ ਹੀ ਤੁਹਾਨੂੰ ਫਾਇਦੇ ਫੁਦੇ ਮਿਲ ਜਾਂਦੇ ਆ ਤੇ ਤੁਸੀਂ ਫਰੈਂਡਲੀ ਜੇ ਹੋਏ ਰਹਿੰਦੇ ਹੋ। ਸੋ ਲੋਕਾਂ ਨੇ ਇਹ ਐਕਸਪੋਜ਼ ਹੋਈਆਂ ਧਿਰਾਂ ਨੂੰ ਹੋਰ ਜ਼ਿਆਦਾ ਐਕਸਪੋਜ਼ ਕਰਤਾ, ਬਹੁਤ ਥੋੜੀਆਂ ਸੀਟਾਂ ਤੱਕ ਲਾਏ। ਹੁਣ ਮੌਕਾ ਸੀ ਕਿ ਇਹ ਮੁੜ ਕੇ ਆਪਣੇ ਖਾਸੇ ਨੂੰ ਇੱਕ ਵਾਰੀ ਜਵੰਤ ਕਰਦੇ, ਉਹਦੇ ਉੱਤੇ ਖੜਦੇ, ਫਿਰ 2-4-5 ਸਾਲ ਲੱਗਦੇ ਹੁੰਦੇ ਆ। ਕਾਹਲੀ 'ਚ ਨਤੀਜੇ ਭਾਲਣ ਵਾਲੇ ਅਕਸਰ ਨਿਰਾਸ਼ ਵੀ ਹੋ ਜਾਂਦੇ, ਮਾਯੂਸ ਵੀ ਹੋ ਜਾਂਦੇ ਆ। ਸੋ ਪੰਜਾਬ ਦੀ ਜਿਹੜੀ ਪੋਲੀਟੀਕਲ ਧਰਾਤਲ ਹੈ ਇਹ ਅਜੇ ਵੀ ਪੂਰੀ ਤਰ੍ਹਾਂ ਜ਼ਰਖੇਜ਼ ਹੈ, ਅਜੇ ਵੀ ਵੱਤ ਹੈ। ਹੁਣ ਤੁਸੀਂ ਠੀਕ ਬੀਜ ਸੁੱਟੋਗੇ ਉਂਗਰੂਗਾ, ਮੌਸਮ ਮਾਕੂਲ ਆ, ਤੇ ਹੁਣ ਵੇਖਣਾ ਹੈ ਕਿ ਪਾਰਟੀਆਂ ਕਿਵੇਂ ਅੱਗੇ ਵੱਧਦੀਆਂ ਨੇ। ਸਾਰੀਆਂ ਪਾਰਟੀਆਂ ਵੱਲੋਂ ਤੇ ਸਾਰੀਆਂ ਜਿਹੜੀਆਂ ਕਿਸਾਨੀ ਜਥੇਬੰਦੀਆਂ ਦੀਆਂ ਧਿਰਾਂ ਨੇ ਜਿਹੜੀਆਂ ਸੰਘਰਸ਼ ਕਰ ਰਹੀਆਂ, ਉਸ ਤੋਂ ਇਲਾਵਾ ਉਹਨਾਂ ਦੀਆਂ ਸਟੇਟਮੈਂਟਾਂ ਦੀ ਉਡੀਕ ਹੈ ਵੀ ਇਹਦੀ ਸਮੀਖਿਆ ਕਿਵੇਂ ਹੋ ਰਹੀ ਹੋਊਗੀ, ਜੋ ਕੱਲ ਕਿਸਾਨ ਜਥੇਬੰਦੀਆਂ ਔਰ ਭਾਰਤ ਸਰਕਾਰ ਦੇ ਵਿੱਚ ਇੱਕ ਪ੍ਰਪੋਜ਼ਲ ਇੱਕ ਪ੍ਰਸਤਾਵ ਬਣਿਆ। ਪੰਜਾਬ ਸਰਕਾਰ ਇਹਦੇ ਤੇ ਕੁਝ ਰਿਐਕਟ ਕਰੇ ਐਸੀ ਤਾਂ ਕੋਈ ਸੰਭਾਵਨਾ ਹੈ ਨਹੀਂ, ਚੁੱਪ ਦੇ ਵਿੱਚੋਂ ਫਾਇਦਾ ਹੈ। ਪਰ ਓਵਰਆਲ ਅੱਜ ਦਿਨ ਕਾਫੀ ਸਰਗਰਮੀ ਵਾਲਾ ਰਹਿਣ ਵਾਲਾ। ਸ਼ਾਮ ਨੂੰ ਫਿਰ ਮਿਲਦੇ ਹਾਂ ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਸਾਹਿਬ ਹਮੀਤ ਸਿੰਘ ਜੀ, ਸ਼ੁਕਰੀਆ ਜੀ।